ਇਹ ਹੈ ਰਾਜਾ ਸੇਖੇ ਵਾਲਾ। ਲਓ ਕਹਿੰਦੇ ਰਾਜੇ ਨੇ ਕਬੱਡੀ ਪਾਈ ਹੈ ਮੇਰੇ ਵੀਰੋ। ਸੇਖਾ ਪਿੰਡ ਜਿਹੜਾ ਹੈ ਮਹਾਨ ਕਬੱਡੀ ਖਿਡਾਰੀ ਕੇਵਲ ਦਾ ਪਿੰਡ ਹੈ। ਹਰਜੀਤ ਉਹਨਾਂ ਦੇ ਨਾਲ ਜਿਹੜਾ ਇਸ ਮੇਰੇ ਵੀਰੋ ਦੁਨੀਆ ਤੋਂ ਜਦੋਂ ਚਾਰ ਸਟਾਰ ਗਏ ਤੇ ਉਹਨਾਂ ਦਾ ਸਾਥੀ ਇੱਕ ਕੇਵਲ ਸੇਖਾ ਜਿਹੜਾ ਬੜਾ ਮਜ਼ਾਕੀ ਸੁਭਾਅ ਦਾ, ਜਿੱਥੇ ਕਬੱਡੀ ਤਕੜੀ ਖੇਡਦਾ ਸੀ ਤੇ ਉਹਨੂੰ ਗੱਲਬਾਤ ਵੀ ਬਹੁਤ ਆਉਂਦੀ ਸੀ, ਐਨ ਮਹਿਫਲਾਂ ਦੇ ਵਿੱਚ ਰੰਗ ਭਰ ਦਿੱਤਾ ਸੀਗਾ। ਉਹਦੇ ਪਿੰਡ ਦੀ ਟੀਮ ਖੇਡ ਰਹੀ ਹੈ ਤੇ ਦੂਸਰੇ ਪਾਸੇ ਮੇਰੇ ਵੀਰੋ ਕੋਟ ਸੁੱਕੀ ਹੈ ਭਾਈ। ਉਹੀ ਨੌਜਵਾਨ ਗੱਭਰੂ ਦੀ ਕਬੱਡੀ ਤੇ ਹੁਣ ਚਾਰ ਜਾਫੀਆਂ ਦੇ ਵਿੱਚੋਂ ਦੇਖਦਾ ਵੀ ਕਿਹੜਾ ਗੱਭਰੂ ਲਾ ਕੇ ਜੱਫਾ ਆਪਣੀ ਟੀਮ ਦੇ ਲਈ। ਲਾ ਉਧਰ ਖਿਡਾਰੀ ਦੇ ਥੋੜਾ ਗੋਡੇ ਤੇ ਚੋਟ ਵੀ ਮਹਿਸੂਸ ਕਰ ਰਿਹਾ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ। ਕਬੱਡੀ ਖੇਡੀ ਅਕਸਰ ਹੀ ਇਹਨਾਂ ਮੈਦਾਨਾਂ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਸੱਟਾਂ ਲੱਗ ਜਾਂਦੀ ਹੈ। ਲਾ ਸੇਖੇ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਤਿਆਰ ਹੈ ਵੀ ਅਗਲਾ ਮੈਚ ਰਾਊਕੇ ਤੇ ਦੌਦਰ ਇਹਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਇਹ ਵੀ ਟੀਮਾਂ ਤਿਆਰ ਰਹਿਣ। ਬੂਟਾ ਜੀ, ਨਿੰਮਾ ਜੀ ਸਾਡੇ ਲੰਗਿਆਣੇ ਵਾਲੇ ਤੇ ਬੂਟਾ ਆਲਮ ਵਾਲਾ, ਸੁਖਰਾਜ ਰੋਡੇ ਤੇ ਬਿੱਟੂ ਸੈਦੋਕੇ ਵਾਲਾ, ਨਾਲ ਦਵਿੰਦਰ ਚੜਿਕੁਣੀ ਜਿਹੜੇ ਸਾਡੇ ਸਾਥੀ ਬੁਲਾਰੇ ਹੈ, ਉਹਨਾਂ ਨੇ ਬਹੁਤ ਸੋਹਣੇ ਬੋਲ ਬੋਲੇ ਹੈ। ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹੈ। ਤੇ ਇੱਧਰ ਕਹਿੰਦੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਜੱਸੀ ਨੇ ਕਹਿੰਦੇ ਕਬੱਡੀ ਪਾਈ ਹੈ ਮੇਰੇ ਵੀਰੋ। ਚਾਰ ਜਾਫੀਆਂ ਵਿੱਚੋਂ ਦੇਖਦਾ ਵੀ ਹੁਣ ਸਿੱਖ ਸਰਦਾਰ ਗੱਭਰੂ ਹੈ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਤੇ ਨਾ ਕੋਈ ਉਹਨਾਂ ਵਰਗਾ ਹੋਣਾ। ਜੁਗਾਂ ਜੁਗਾਂ ਤੱਕ ਚੱਲਦੀਆਂ ਰਹਿਣਗੀਆਂ ਗੱਲਾਂ ਉਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾ ਕਲਗੀ ਤਰਲਿਸ਼ਮੇ ਦੀਆਂ। ਬਾਜਾਂ ਵਾਲੀ ਗੁਰੂ ਦੀ ਬਖਸ਼ੀ ਹੋਈ ਸਿੱਖੀ ਤੇ ਨਾਲ ਗੱਲ ਖੇਡ ਕਬੱਡੀ ਦੀ। ਲਓ ਸੇਖੇ ਵਾਲੇ ਦੀ ਕਬੱਡੀ ਤੇ ਦਿਲਬਾਗ ਬਰਾੜ ਗੱਲ ਕਰਦਾ ਹੋਇਆ ਇਸ ਨੌਜਵਾਨ ਦੀ। ਇਧਰਲੇ ਪਾਸੇ ਇਹ ਹੈ ਨੌਜਵਾਨ ਮੇਜਰ ਸਿੰਘ ਬਰਾੜ ਦੇ ਪਿੰਡ ਦਾ ਮੇਰੇ ਪੰਜਾਬੀ ਵੀਰੋ। ਇਹ ਹੈ ਬਸੰਤ ਭਲੂਰ ਵਾਲਾ, ਇਸ ਸਮੇਂ ਕੋਟ ਸੁਖੀਏ ਦੀ ਟੀਮ ਦੇ ਲਈ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ, ਇੱਧਰ ਮੂਵ ਸਪਰੇ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿਓ ਮੂਵ ਸਪਰੇ। ਇਧਰਲੇ ਪਾਸੇ ਬਰਾੜ ਕੋਟ ਸੁਖੀਏ ਵਾਲਾ ਕਬੱਡੀ ਪਾ ਰਿਹਾ ਹੈ। ਉਧਰਲੇ ਪਾਸੇ ਵੇਖੋ ਹੁਣ ਕਬੱਡੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ। ਹੁਣ ਨੌਜਵਾਨ ਗੱਭਰੂ ਦੀ ਕਬੱਡੀ ਹੈ ਤੇ ਦੂਜੇ ਪਾਸੇ ਕੀਤੀ ਹੋਈ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਕੋਟ ਸੁਖੀਏ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਇਹ ਹੈ ਰਾਜਾ ਖੇਡ ਮੈਦਾਨ ਦੇ ਵਿੱਚ, ਇੱਕ ਕਾਲੇ ਦਾ ਵੀਰ ਰਾਜਾ ਗਾਜੀ ਵਾਲੀਆਂ ਕਬੱਡੀ ਦਾ ਸਟਾਰ ਹੋਇਆ। ਤੇ ਇਧਰਲੇ ਪਾਸੇ ਸੇਖੇ ਵਾਲਾ ਕਬੱਡੀ ਪਾਉਂਦਾ ਹੈ ਤੇ ਵੇਖੋ ਸਾਹਮਣੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਜੱਸੀ ਦਾ ਕਹਿੰਦੇ ਚਾਂਦਰਾਮਾ ਪਿੰਡ ਹੈ। ਮਿੱਠੂ ਬਰਾੜ ਹੁਣੀ ਵਿਨੀ ਪੈਗ ਦੇ ਵਿੱਚ ਬੈਠੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ। ਇੱਧਰ ਅਗਲੀ ਕਬੱਡੀ ਜੱਸੀ ਨੌਜਵਾਨ ਚੰਦਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ। ਲਓ ਜੱਸੀ ਨੇ ਕਹਿੰਦੇ ਕਬੱਡੀ ਪਾਈ ਹੈ ਮੇਰੇ ਵੀਰੋ। ਚੰਦਾ ਦਾ ਖੇਡ ਮੇਲਾ ਵੀ ਮਸ਼ਹੂਰ ਹੈ। ਜੱਸੇ ਨੇ ਵੀ ਕਹਿੰਦੇ ਵੱਡਾ ਨਾਂ ਕਮਾਇਆ ਤੇ ਜੱਸੀ ਸਾਹਮਣੇ ਨੌਜਵਾਨ ਕਬੱਡੀ ਪਾਉਂਦਾ ਹੋਇਆ। ਚਾਰ ਜਾਫੀ ਤਿਆਰ ਨੇ ਕਹਿੰਦੇ ਬੈਰੋਕੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਖੇਡ ਕਬੱਡੀ ਦੀਆਂ ਕਿ ਚੱਲ ਮੇਲੇ ਨੂੰ ਚੱਲੀਏ ਪਾਲਾ ਗੇੜ ਤੋਂ ਗੱਡੀ ਦਾ। ਅੱਜ ਬੈਰੋਕੇ ਦੇ ਵਿੱਚ ਮੇਲਾ ਲੱਗਿਆ ਖੇਡ ਕਬੱਡੀ ਦਾ ਔਰ ਮੈਚ ਸਮਾਪਤ। ਕੋਟ ਸੁਖੀਏ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ। ਦੌਦਰ ਤੇ ਰਾਊਕੇ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਹੈ ਦੌਦਰ ਤੇ ਰਾਊਕੇ। ਉਸ ਤੋਂ ਬਾਅਦ ਮਾੜੀ ਮੁਸਫਾ ਤੇ ਢਪਾਲੀ ਦੀਆਂ ਟੀਮਾਂ, ਮਾੜੀ ਮੁਸਫਾ ਤੇ ਢਪਾਲੀ ਖਾਈ ਤੇ ਦੁੱਲੇ ਵਾਲਾ। ਹਾਂਜੀ ਬਾਈ ਜੀ, ਉੱਧਰ ਬਲਦੇਵ ਸਿੰਘ ਔਲਖ ਵੱਲੋਂ ਬਾਈ ਜੀ ਦਿਲਬਾਗ ਤੇਰੇ ਲਈ 100 ਰੁਪਇਆ ਸਾਡੇ ਕੋਲੇ ਪਹੁੰਚਿਆ, ਸਾਡੇ ਕੋਲੇ ਬਾਅਦ ਚ ਆ ਕੇ ਪ੍ਰਾਪਤ ਕਰ ਲਈ ਦਿਲਬਾਗ ਸਿੰਘ ਜੀ ਔਲਖ ਕੈਨੇਡਾ ਤੋਂ। ਮਾੜੀ ਮੁਸਫਾ ਤੇ ਢਪਾਲੀ ਖਾਈ ਤੇ ਦੁੱਲੇ ਵਾਲਾ, ਵੈਰੋਕੇ ਤੇ ਜਨੇਰ ਬਾਬਾ ਦਰਬਾਰੀ ਦਾਸ ਕਲੱਬ ਵੈਰੋਕੇ ਤੇ ਜਨੇਰ, ਭਾਈ ਬਹਿਲੋ ਕਲੱਬ ਭਗਤਾ ਤੇ ਗਿੱਦੜ, ਡੱਗੋ ਰਮਾਣਾ ਬੀ ਤੇ ਸਮਾਲ ਸਰ।
ਮੂਵ ਸਪਰੇ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿਓ ਮੇਰੇ ਵੀਰ, ਮੂਵ ਸਪਰੇ ਇਸ ਤੋਂ ਬਾਅਦ ਜਿਹੜਾ ਮੈਚ ਹੈ ਉਹ ਮਾੜੀ ਮੁਸਫਾ ਤੇ ਢਪਾਲੀ ਦਾ ਖੇਡਿਆ ਜਾਣਾ, ਮਾੜੀ ਮੁਸਫਾ ਵਰਸੀ ਢਪਾਲੀ ਤੇ ਖਾਈ ਦਾ ਮੈਚ ਦੁੱਲੇ ਵਾਲੇ ਦੇ ਨਾਲ ਹੈ, ਬਾਬਾ ਦਰਬਾਰੀ ਦਾਸ ਕਲੱਬ ਵੈਰੋ ਕਿਤੇ ਜਨੇਰ, ਭਾਈ ਬਹਿਲੋ ਕਲੱਬ ਭਗਤਾ ਤੇ ਗਿੱਦੜ, ਡੱਗੋ ਰਮਾਣਾ ਤੇ ਸਮਾਲਸਰ, ਸ਼ੇਰਪੁਰ ਕਲਾਂ ਤੇ ਵਕੀਲਾਂ ਵਾਲਾ ਹੈ, ਬੁੱਗੀਪੁਰੇ ਦਾ ਮੈਚ ਕੜਿਆਲ ਦੇ ਨਾਲ ਹੈ, ਉਸ ਤੋਂ ਬਾਅਦ ਜਿਹੜਾ ਮੈਚ ਝੂੜ ਚੱਕ ਤੇ ਘੋਲੀਆ ਖੁਰਦ ਘੱਲ ਕਲਾਂ ਤੇ ਬੂੜੇਵਾਲ, ਫਰੈਂਡਸ ਕਲੱਬ ਜੀਰਾ ਤੇ ਦੌਦਰ, ਰੋਡੇ ਤੇ ਭਾਗਪੁਰ ਗਗੜਾ, ਇਹ ਵੀ ਟੀਮਾਂ ਅਗਲੇ ਮੈਚਾਂ ਦੇ ਲਈ ਖੇਡ ਮੈਦਾਨਾਂ ਦੇ ਵਿੱਚ ਜਿਵੇਂ ਜਿਵੇਂ ਅਸੀਂ ਕਾਲ ਕਰਦੇ ਹਾਂ ਟੀਮਾਂ ਗਰਾਊਂਡਾਂ ਵਿੱਚ ਪੁੱਜਣਗੀਆਂ। ਇਧਰਲੀ ਸਾਈਡ ਰਾਉਕੇ ਦੀ ਟੀਮ ਬੱਸ ਸਟੈਂਡ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਦੌਦਰ ਦੀ ਟੀਮ ਹੈ ਮੇਰੇ ਵੀਰੋ। ਲਾਓ ਦੌਦਰ ਦੀ ਧਰਤੀ ਦਾ ਕਹਿੰਦੇ ਨਾ ਜੀ ਨੇ, ਇਸ ਲਈ ਖੇਡ ਮੈਦਾਨ ਦੇ ਵਿੱਚ ਯੋਧੇ ਦੇ ਨਾਂ ਦੇ ਨਾਲ ਜਾਣਾ ਜਾਂਦਾ ਕੜਾਰੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਤਿਆਰ ਹੈ। ਉਧਰ ਚਾਰ ਜਾਫੀ ਕਹਿੰਦੇ ਰਾਉਕੇ ਪਿੰਡ ਦੇ ਤਿਆਰ ਨੇ, ਹੁਣ ਦੇਖਦੇ ਵੀ ਇਹੋ ਜਿਹੀ ਗੱਲ ਆਉਂਦੀ ਹੈ। ਪਹਿਲੀ ਕਬੱਡੀ ਇਸ ਮੈਚ ਦੀ ਨੌਜਵਾਨ ਦੌਦਰ ਵਾਲਾ, ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ, ਗੁਰਪ੍ਰੀਤ ਰਾਣੇ ਉਹਨਾਂ ਦੀ ਵੱਡੀ ਦੇਣ ਹੈ ਕਹਿੰਦੇ ਖੇਡ ਕਬੱਡੀ ਨੂੰ। ਪਰ ਆਹ ਜਾਫੀ ਦਾ ਕਹਿੰਦੇ ਧੂਰਕੋਟ ਰਣਸੀਂਹ ਪਿੰਡ ਹੈ ਮੇਰੇ ਵੀਰੋ, ਸੋਨੀ ਭਲਵਾਨ ਧੂਰਕੋਟ ਵਾਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜੱਫਾ ਲੱਗ ਕੇ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ, ਲਓ ਕੀਪਾ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਇਸ ਵੇਲੇ ਟੇਕਦਾ ਹੋਇਆ ਧਰਤੀ ਮਾਂ ਦੀ ਮੱਤਾ ਲਾਈ ਹੱਥਾਂ ਨੂੰ ਕਲੀ, ਤੇ ਉਧਰ ਤਿੰਨ ਜਾਫੀ ਕਹਿੰਦੇ ਦੌਦਰ ਦੀ ਟੀਮ ਦੇ ਤਿਆਰ ਨੇ, ਹੁਣ ਕਿਹੜੇ ਖਿਡਾਰੀ ਨਾਲ ਮੁਕਾਬਲਾ ਹੁੰਦਾ ਹੈ, ਲਓ ਸਾਹਮਣੇ ਇਸ ਵੇਲੇ ਫੈਸਲਾ ਕੀ ਹੈ, ਲਓ ਮੁਕਾਬਲਾ ਚੱਲ ਰਿਹਾ ਤੇ ਪੁਆਇੰਟ ਜਿਹੜਾ ਨੌਜਵਾਨ ਕੀਪੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਲੈ ਵੀ ਦਿਲਵਾਗ ਕਰੀ ਗੱਲ, ਇਧਰ ਦੌਦਰ ਵਰਸੀ ਰਾਉਕੇ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਖੇਡਿਆ ਜਾ ਰਿਹਾ ਹੈ। ਉਧਰ ਬੇਨਤੀ ਹੈ ਗੁਰੂ ਕੇ ਲੰਗਰ ਜਿਹੜੇ ਚੱਲ ਰਹੇ ਉਹ ਹੁਣ ਬੰਦ ਕਰ ਦਿੱਤੇ ਗਏ ਹੈ, ਕੋਈ ਵੀ ਦਰਸ਼ਕ ਵੀਰ ਉਧਰ ਜਾ ਕੇ ਸੇਵਾਦਾਰਾਂ ਨੂੰ ਪਰੇਸ਼ਾਨ ਨਾ ਕਰੇ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਇਹ ਸੇਵਾਵਾਂ ਨਿਭਾਈਆਂ। ਗੁਰੂ ਕੇ ਟੁੱਟ ਲੰਗਰ ਜਿਹੜੇ ਤਿੰਨ ਦਿਨ ਵਰਤਾਏ ਗਏ ਹੈ, ਇਹ ਹੈ ਨੌਜਵਾਨ ਬੇਅੰਤ ਸਿੰਘ, ਇੱਕ ਨਿਧਾ ਵਾਲੇ ਪਿੰਡ ਦਾ ਇੱਕ ਡੱਲੇ ਵਾਲਾ ਮਸ਼ਹੂਰ ਹੋਇਆ ਹੈ, ਤੇ ਇਹ ਹੈ ਨੌਜਵਾਨ ਰਾਉਕੇ ਵਾਲਾ ਬੇਅੰਤ ਸਿੰਘ ਕਬੱਡੀ ਪਾਉਂਦਾ ਹੈ। ਉਧਰ ਦੌਦਰ ਵਾਲੇ ਦੇ ਨਾਲ ਕਰ ਮੁਕਾਬਲਾ, ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਅਗਲੀ ਕਬੱਡੀ ਯੋਧਾ ਇੱਕ ਘੁਣਸਾਂ ਵਾਲਾ ਕਬੱਡੀ ਦਾ ਸਟਾਰ ਹੈ, ਇਧਰਲੇ ਪਾਸੇ ਪਾਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਹੈ, ਤੇ ਰਾਉਕੇ ਵਾਲਾ ਵੇਖੋ ਸਾਹਮਣੇ ਹੁਣ ਡੱਕ ਪਾਉਂਦਾ ਜਾਂ ਨਹੀਂ, ਦੇਖੋ ਸਾਹਮਣੇ ਦੌਦਰ ਵਾਲਾ ਭੱਜਿਆ ਜਾ ਰਿਹਾ ਹੈ। ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ, ਮਾੜੀ ਮੁਸਤਫਾ ਤੇ ਢਪਾਲੀ ਦੀਆਂ ਟੀਮਾਂ, ਮਾੜੀ ਮੁਸਤਫਾ ਤੇ ਢਪਾਲੀ, ਖਾਈ ਤੇ ਦੁੱਲੇ ਵਾਲਾ, ਬਾਬਾ ਦਰਬਾਰੀ ਦਾਸ ਕਲੱਬ ਵੈਰੋ ਕਿਤੇ ਜਨੇਰ, ਭਗਤਾ ਤੇ ਗਿੱਦੜ। ਮੇਰੀ ਬੇਨਤੀ ਹੈ ਨਿਰਮਲ ਬੂਟਾ ਜਾਂ ਫਿਰ ਬਿੰਟੂ ਜਾਂ ਸੁਖਰਾਜ, ਜਿਨ੍ਹਾਂ ਵੀ ਵੀਰਾਂ ਦੀ ਡਿਊਟੀ ਹੈ, ਨਿਰਮਲ ਤੇ ਬੂਟਾ ਉਹ ਵੀ ਕਿਰਪਾ ਕਰਕੇ। ਜਗਜੀਤ ਸਿੰਘ ਜੀ ਬਰਾੜ ਯੂਕੇ ਲੰਘਿਆ ਨੇ, ਤੂੰ ਵੀ ਸਾਡੇ ਦਰਮਿਆਨ ਪੁੱਜੇ, ਉਹਨਾਂ ਦਾ ਵੀ ਧੰਨਵਾਦ ਹੈ। ਧਾਨਾ ਬੈਰੋਕੇ ਵਾਲਾ ਵੀ ਕਹਿੰਦੇ ਐਡਮਿੰਟਨ ਤੋਂ ਲਾਈਵ ਕਾਲੇ ਬਰਾੜ ਹੋਣੀ ਆਨੰਦ ਮਾਰ ਰਹੇ ਹੈ, ਤੇ ਨਾਲ ਅਮਰੀਕ ਸਿੰਘ ਖਾੜਾ ਹੈ, ਉਹਨਾਂ ਦਾ ਵੀ ਧੰਨਵਾਦ ਹੈ ਮੇਰੇ ਵੀਰੋ। ਗੋਲਡ ਸਟੱਕੋ ਵਾਲਿਆਂ ਦਾ ਤੇ ਕਿਤੇ ਬਰਾੜ ਸਟੱਕੋ ਦੀ ਗੱਲ ਚੱਲਦੀ ਹੈ। ਐਡਮਿੰਟਨ ਸਿਟੀ ਆਫ ਚੈਂਪੀਅਨ ਦੇ ਤੌਰ ਤੇ ਅਲਬਰਟਾ ਦੀ ਕਹਿੰਦੇ ਰਾਜਧਾਨੀ ਹੈ, ਜਿੱਥੇ ਕਬੱਡੀ ਬੜੀ ਮੇਰੇ ਵੀਰੋ ਉੱਚ ਦਰਜੇ ਦੀ ਕਰਵਾਈ ਜਾਂਦੀ ਹੈ। ਇਧਰ ਸਰਬਾ, ਇਹ ਹੈ ਸਰਬਾ ਰਾਉਕੇ ਪਿੰਡ ਦਾ ਮੇਰੇ ਵੀਰੋ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਅਗਲੀ ਕਬੱਡੀ ਕਹਿੰਦੇ ਬੇਅੰਤ ਰਾਉਕੇ ਵਾਲਾ, ਪਰ ਮੈਚ
ਉਧਰ ਗੋਰੇ ਦਾ ਇਸ਼ਾਰਾ ਹੋ ਚੁੱਕਿਆ ਵੀ ਸਮਾਪਤ ਹੈ। ਇਸ ਮੈਚ ਦੇ ਵਿੱਚ ਗੋਰੇ ਵੀਰੇ ਕਿਹੜੀ ਟੀਮ ਜੇਤੂ ਹੈ? ਇਸ ਮੈਚ ਦੇ ਵਿੱਚੋਂ ਕਹਿੰਦੇ ਰਾਊਕਿਆਂ ਦੀ ਟੀਮ ਜੇਤੂ ਰਹੀ ਹੈ। ਸੁਖਰਾਜ ਰੋਡੇ ਤੇ ਬਿੱਟੂ ਸੈਦੋਗੇ ਸਾਡੇ ਸਾਥੀ ਬੁਲਾਰੇ ਜਾਂ ਨਿੰਮਾ ਜਿਨ੍ਹਾਂ ਦੀ ਵੀ ਡਿਊਟੀ ਉਹ ਖੇਡ ਮੈਦਾਨ ਦੇ ਵਿੱਚ ਅਗਲੇ ਮੈਚਾਂ ਦੇ ਲਈ ਪਹੁੰਚ ਜਾਣ। ਮੇਰੀ ਬੇਨਤੀ ਹੈ ਇੱਧਰ ਮਾੜੀ ਮੁਸਫਤ ਤੇ ਢਪਾਲੀ ਦੀ ਟੀਮਾਂ ਦੇ ਦਰਮਿਆਨ ਮੁਕਾਬਲਾ ਖੇਡਿਆ ਜਾਣਾ, ਮਾੜੀ ਮੁਸਫਤ ਤੇ ਢਪਾਲੀ ਦੀਆਂ ਟੀਮਾਂ। ਉਸ ਤੋਂ ਬਾਅਦ ਖਾਈ ਵਰਸੀ ਜੀ ਦੁੱਲੇ ਵਾਲਾ, ਖਾਈ ਵਰਸੀ ਜੀ ਦੁੱਲੇ ਵਾਲੇ ਦੀਆਂ ਟੀਮਾਂ, ਇੱਧਰ ਮਾੜੀ ਮੁਸਤਫਾ ਵਰਸੀ ਜੀ ਢਪਾਲੀ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਖੇਡਿਆ ਜਾਣਾ। ਖਾਈ ਤੇ ਦੁੱਲੇ ਵਾਲਾ ਬਾਬਾ ਦਰਬਾਰੀ ਦਾਸ ਕਲੱਬ ਵੈਰੋ ਕੇ ਤੇ ਜਨੇਰ ਭਗਤਾ ਭਾਈ ਬਹਿਲੋ ਕਲੱਬ ਦੇ ਗਿੱਦੜ ਨਿਰਮਲ ਲੰਘਿਆਣਾ ਤੇ ਬੂਟਾ ਖਾਨ ਜੀ ਮਾਈਕ ਦੇ ਉੱਪਰ ਅਗਲੀਆਂ ਸੇਵਾਵਾਂ ਦੇਣਗੇ। ਉਧਰ ਧੰਨਵਾਦ ਹੈ ਸਾਰੇ ਪ੍ਰਵਾਸੀ ਪੰਜਾਬੀ ਭਰਾ ਜਿਹੜੇ ਸਾਡੇ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ, ਤੇ ਜਿਹੜੀ ਸੰਗਤ ਆਪਣੇ ਨਿੱਜੀ ਕੰਮਾਂ ਕਾਰਾਂ ਨੂੰ ਛੱਡ ਕੇ ਅੱਜ ਦੇ ਇਹਨਾਂ ਗਰਾਊਂਡਾਂ ਦੇ ਵਿੱਚ ਪੁੱਜੀ ਹੈ, ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਹੈ। ਹੁਣ ਮਾੜੀ ਮੁਸਫਾ ਤੇ ਢਪਾਲੀ, ਖਾਈ ਤੇ ਦੁੱਲੇ ਵਾਲਾ ਮਾਈਕ ਤੇ ਨਿਰਮਲ ਲੰਘਿਆਣਾ ਤੇ ਸਾਡਾ ਵੀਰ ਬੂਟਾ ਖਾਨ। ਹੈਲੋ, ਬਹੁਤ ਬਹੁਤ ਧੰਨਵਾਦ ਅਮਨ ਲੋਪੋ ਦਲਬਾਗ ਬਰਾੜ ਜੀ ਜਿਹਨਾਂ ਨੇ ਇਸ ਸੰਗਤ ਦੇ ਨਾਲ ਕਬੱਡੀ ਦੀ ਸਾਂਝ ਪਾਈ ਆ। ਮੈਚ ਇਸ ਵੇਲੇ ਦਰਸ਼ਕ ਵੀਰੋ ਬਹੁਤ ਹੀ ਤਗੜਾ ਖੇਡ ਕਬੱਡੀ ਦਾ ਖੇਡਿਆ ਜਾ ਰਿਹਾ, ਕਬੱਡੀ ਓਪਨ ਦਾ ਦੋਨੋਂ ਟੀਮਾਂ ਦੇ ਦਰਮਿਆਨ। ਉਧਰ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਇਸ ਇਲਾਕੇ ਦੀਆਂ ਔਰ ਇਸ ਨਗਰ ਦੀਆਂ ਮੰਚ ਤੇ ਬੈਠੀਆਂ ਸਾਰੀਆਂ ਦਾ ਧੰਨਵਾਦ ਹੈ। ਕਬੱਡੀ 365.com ਰਾਹੀਂ ਦਲਵਿੰਦਰ ਧਾਨਾ ਤੇ ਕਾਲਾ ਬਰਾੜ ਨਾਲ ਸਾਡੇ ਵੀਰੇ ਪਿੰਦੇ ਤੇ ਗੁਰਵਿੰਦਰ ਹੁਣੀ ਰੂਪਣੀ ਨਾਲ ਮੈਚਾਂ ਦਾ ਆਨੰਦ ਮਾਰ ਰਹੇ ਆ। ਇਧਰਲੇ ਪਾਸੇ ਮੈਚ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ, ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਜਿਹੜੀ ਖੇਡੀ ਜਾਂਦੀ ਲਾ ਕੇ ਪੂਰਾ ਤਾਨ ਮਿੱਤਰੋ, ਕਾਉਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਪੰਜਾਬੀਆਂ ਦੀ ਖੇਡ ਖੇਡੀ ਆ ਰਹੀ ਆ ਮਾੜੀ ਤੇ ਨਾਲ ਲੰਘਿਆਂ ਦਾ ਨਿਰਮਲ ਕਰੀ ਖੈ ਗੱਲ ਨਾ ਹੋਈ ਤਾਂ ਚੱਲਦੇ ਹੋਏ ਮੈਚ ਦੀ। ਲਓ ਸਾਹਮਣੇ ਦੇਖਦੇ ਵੀ ਢਪਾਲੀ ਦੀ ਟੀਮ ਜਿਹੜੀ ਆ, ਇਹ ਟੀਮ ਚੜ੍ਹਦੇ ਪਾਸੇ ਢਪਾਲੀ ਦੀ ਟੀਮ ਹੈ। ਢਪਾਲੀ ਵਾਲੇ ਸ਼ੇਰੂ ਨੇ ਪਹਿਲੀ ਕਬੱਡੀ ਪਾਈ ਹੈ, ਕਹਿੰਦੇ ਰਾਹੂ ਵਾਲੀ ਆ ਸ਼ੇਰਾ ਕਬੱਡੀ ਦੇ ਵਿੱਚ ਬੜਾ ਮਸ਼ਹੂਰ ਹੈ, ਉਹਦਾ ਸਰਨਾਮੀ ਅਗਲੀ ਕਬੱਡੀ ਪਾਉਣ ਦੀ। ਲਓ ਸਾਹਮਣੇ ਮਾੜੀ ਪਿੰਡ ਬੜਾ ਮਸ਼ਹੂਰ ਪਿੰਡ ਹੈ, ਕਹਿੰਦੇ ਇਸ ਮੁੰਡੇ ਦਾ ਦੋਦਾ ਪਿੰਡ ਆ ਤੇ ਕਾਲੇ ਦੇ ਨਾਂ ਨਾਲ ਕਬੱਡੀ ਵਿੱਚ ਮਸ਼ਹੂਰ ਹੈ। ਕਾਲੇ ਦੇ ਨਾਂ ਨੂੰ ਬੜੀ ਪ੍ਰਸਿੱਧੀ ਮਿਲੀ ਹੈ ਕਬੱਡੀ ਦੇ ਵਿੱਚ, ਕਿਤੇ ਗਾਜੀਆਂ ਨਹੀਂ ਇਹ ਕਾਲੇ ਦੀ ਤੂਤੀ ਬੋਲੀ ਹੈ, ਕਿਤੇ ਥੰਧ ਆਈ ਇਹ ਕਾਲੇ ਦੀ ਗੱਲ ਹੈ, ਕਿਤੇ ਟਹਿਣੇ ਵਾਲੇ ਕਾਲੇ ਦੀ ਗੱਲ, ਕਿਤੇ ਮਹਿਣੇ ਵਾਲੇ ਕਾਲੇ ਦੀ ਗੱਲ, ਵੀ ਕਾਲੇ ਦੇ ਨਾਂ ਨੂੰ ਕਬੱਡੀ ਵਿੱਚ ਬਹੁਤ ਪ੍ਰਸਿੱਧੀ ਮਿਲੀ ਹੈ। ਲਓ ਅਗਲੀ ਕਬੱਡੀ ਦੋਦੇ ਵਾਲਾ ਮੁੰਡਾ ਫਿਰ ਕਬੱਡੀ ਦੀ ਖੇਡ ਮੈਦਾਨ ਵਿੱਚ। ਮਾੜੀ ਮੁਸਤਫਾ ਦੀ ਟੀਮ ਜਿਹੜੀ ਆ ਇਹ ਸ਼ਿਵ ਦੇ ਪਾਸੇ ਜਿੱਧਰ ਸਾਹਮਣੇ ਬੋਰਡ ਲੱਗਾ ਆਪਣਾ ਫਲਿਕਸ ਬੋਰਡ ਲੱਗਾ ਹੋਇਆ ਹੈ। ਲਓ ਮਾੜੀ ਵੱਲੋਂ ਪੈਂਦੀ ਹੋਈ ਕਬੱਡੀ, ਮਾੜੀ ਪਿੰਡ ਬੜਾ ਮਸ਼ਹੂਰ ਪਿੰਡ ਹੈ, ਕਹਿੰਦੇ ਮਾੜੀ ਦਾ ਮੇਲਾ ਬੜਾ ਮਸ਼ਹੂਰ ਹੈ, ਸਿਕੰਦਰ ਨੇ ਕਬੱਡੀ ਦੇ ਮੈਦਾਨਾਂ ਵਿੱਚ ਮਾੜੀ ਦਾ ਨਾਂ ਦੁਨੀਆ ਭਰ ਦੇ ਵਿੱਚ ਚਮਕਾਇਆ ਹੈ, ਕਹਿੰਦੇ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਵੀ ਖੇਡਿਆ ਹੈ। ਔਰ ਕਿਤੇ ਗੁਰਜੀਤ ਦੀ ਕਬੱਡੀ ਦੀ ਗੱਲ ਆ, ਔਰ ਖਾਈ ਤੇ ਦੁੱਲੇ ਵਾਲਾ ਇਹਨਾਂ ਟੀਮਾਂ ਨੂੰ ਮੇਰੀ ਬੇਨਤੀ, ਟੀਮਾਂ ਤਿਆਰ ਹੋ ਕੇ ਵੇਟਿੰਗ ਵਿੱਚ ਪਹੁੰਚਣਾ, ਖਾਈ ਤੇ ਦੁੱਲੇ ਵਾਲੇ ਦਾ ਅਗਲਾ ਮੈਚ ਖੇਡਿਆ ਜਾਵੇਗਾ। ਬਾਬਾ ਦਰਬਾਰੀ ਦਾਸ ਕਬੱਡੀ ਕਲੱਬ ਵੈਰੋਕੇ ਤੇ ਜਨੇਰ ਇਹ ਟੀਮਾਂ ਵੀ ਲਾਉਣ ਨਾ ਦੇਰ, ਇਹ ਵੀ ਤਿਆਰ ਰਹਿਣਗੀਆਂ। ਲਓ ਅਗਲੀ ਕਬੱਡੀ ਫਿਰ ਵੇਖਦਾ ਵੀ ਸ਼ੇਰਾ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਗੋਰਾ ਨਿਸ਼ੂਰਾ ਰੰਗ ਹੈ। ਇੱਧਰੋਂ ਮਾੜੀ ਵਾਲੇ ਜਰਨੈਲ ਸਿੰਘ ਸਰਪੰਚ ਦਾ ਪੁੱਤਰ ਕਹਿੰਦੇ ਪ੍ਰਗਟ ਸਿੰਘ ਕਬੱਡੀ ਦੇ ਖੇਡ ਮੈਦਾਨ ਵਿੱਚ। ਬਾਜਾਂ ਵਾਲੇ ਸ਼ਹਿਨਸ਼ਾਹ ਦੀ ਸਿੱਖੀ ਬਖਸ਼ੀ ਹੈ, ਮਰ ਜਾਣਿਆ ਮਾਨਾ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ,
ਸਿਰ ਕੱਟਦਾ ਕੱਟ ਜਾਵੇ ਸਿੱਖ ਦੀ ਕਾਇਮ ਰਹੇ ਸਰਦਾਰੀ। ਬਾਜਾਂ ਵਾਲੇ ਸ਼ਾਨਸਾ ਦੀ ਬਖਸ਼ੀ ਹੋਈ ਸਿੱਖੀ ਹੈ ਪਰ ਨਹੀਂ ਮੰਨਦਾ ਐਸਤ ਗੀਤਾ ਕੋੜ ਕਰੋੜੀ ਆਪਣੇ ਸਮੇਂ ਦਾ ਬਹੁਤ ਤਕੜਾ ਪ੍ਰਸਿੱਧ ਕਬੱਡੀ ਦਾ ਖਿਡਾਰੀ ਕਹਿੰਦੇ ਵੀ ਪੁਆਇੰਟ ਮਾੜੀ ਦੀ ਟੀਮ ਦੇ ਉੱਤੇ ਜੁੜਦਾ ਹੋਏ ਤੇ ਅਗਲੀ ਕਬੱਡੀ ਦੀ ਗੱਲ ਕਰੇਗਾ ਬੂਟਾ ਖਾਨ ਜੀ। ਇਸ ਵੇਲੇ ਢਪਾਲੀ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਵਿੱਚ, ਨਾਲ ਮੋਨੇ ਵਰਗੇ ਗੋਰਾ ਮਾੜੀ ਵਾਲਾ ਮੇਰੇ ਵੀਰੋ ਸਿੱਧਾਂ ਦੀ ਧਰਤੀ ਜੋਗੀਆਂ ਦਾ ਪਿੰਡ ਆ, ਲਓ ਸਾਹਮਣੇ ਮੋਨੂ ਮੇਰੇ ਵੀਰੋ ਮਾੜੀ ਦਾ ਸ਼ਿਕੰਦਰ ਦਾ ਨਾਮ ਹੈ। ਇਧਰਲੇ ਪਾਸੇ ਮੋਨੂ, ਇੱਕ ਪਾਸੇ ਢਪਾਲੀ ਵਾਲਾ, ਦੂਸਰੇ ਪਾਸੇ ਮਾੜੀ ਵਾਲਾ, ਵੇਖੋ ਵੇਖੋ ਸਾਹਮਣੇ ਨਾਉਜਨ ਮੇਰੇ ਵੀਰੋ। ਇਸ ਵੇਲੇ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਮੁਕਤਸਰ ਸਾਹਿਬ ਦਾ ਦੋਦਾ ਪਿੰਡ ਆ, ਨਾਉਜਨ ਦਾ ਲਓ ਸਾਹਮਣੇ ਇਸ ਵੇਲੇ ਮੇਰੇ ਵੀਰੋ ਰੁਪਿੰਦਰ ਦੋਦੇ ਵਾਲਾ। ਥੋੜੇ ਸਮੇਂ ਦੇ ਵਿੱਚ ਇੱਕ ਜਿਹੜਾ ਨਾਮ ਪੈਦਾ ਕਰ ਦਿੱਤਾ ਕਬੱਡੀ ਦੇ ਇਤਿਹਾਸ ਦੇ ਵਿੱਚ ਇਸ ਨਾਉਜਨ ਨੇ, ਲਓ ਰੁਪਿੰਦਰ ਦੋਦੇ ਵਾਲਾ। ਛੋਟੀ ਜੀ ਉਮਰ, ਥੋੜਾ ਜਿਹਾ ਵਜਨ ਆ, ਪਰ ਵੱਡਾ ਕਹਿੰਦੇ ਵੀ ਤਜਰਬਾ ਕਬੱਡੀ ਦਾ। ਰੁਪਿੰਦਰ ਮਾੜੀ ਦੀ ਟੀਮ ਲਈ ਬਹੁਤ ਤਕੜਾ ਪੁਆਇੰਟ ਜੋੜ ਰਿਹਾ ਢਪਾਲੀ ਵਾਲਾ ਤੇ ਮੈਕ ਤੇ ਨਿਰਮਲ ਯਾਰ। ਲਓ ਅਗਲੀ ਕਬੱਡੀ ਸ਼ੇਰੂ, ਢਪਾਲੀ ਵਾਲਾ ਸ਼ੇਰੂ ਕਬੱਡੀ ਦੇ ਖੇਡ ਮੈਦਾਨ ਚ ਵਾਧਾ ਹੋਇਆ। ਅਗਲੀਆਂ ਟੀਮਾਂ ਨੂੰ ਬੇਨਤੀ, ਖਾਈ ਵਾਲੇ ਮੀਤ ਹੁਣੀ ਸਾਹਮਣੇ ਖੜੇ ਆ, ਦੁੱਲੇ ਵਾਲੀ ਦੀ ਟੀਮ ਹੱਥ ਖੜਾ ਕਰੇ ਜੀ ਪੰਜ ਕੀਤਾ ਦੁੱਲੇ ਵਾਲਾ। ਦੋਨੋਂ ਟੀਮਾਂ ਪੁੱਜੀਆਂ ਹੋਈਆਂ ਆਏ, ਲਓ ਦੋਦੇ ਵਾਲਾ ਕਾਲਾ ਫਿਰ ਕਰਦਾ ਹੋਇਆ ਟਰਾਈ, ਬਹੁਤ ਹੀ ਸ਼ਾਨਦਾਰ ਮੁਕਾਬਲਾ ਅਜੇ ਉਡੀਕ ਕਰਦੇ ਵੀ ਕੀ ਫੈਸਲਾ ਜੀ। ਦੇਖ ਕਿੱਧਰ ਪੁਆਇੰਟ ਹੈ, ਪੁਆਇੰਟ ਮਾੜੀ ਦੀ ਟੀਮ ਦੇ ਇਸੇ ਜੁੜਦਾ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਮਾੜੀ ਦਾ ਮੇਲਾ ਬੜਾ ਮਸ਼ਹੂਰ ਹੈ, ਸਹਿਣੇ ਦੀ ਝਾਂਜਰ ਮਸ਼ਹੂਰ ਹੈ, ਰੌਂਤੇ ਦੇ ਕੁੰਡੇ ਮਸ਼ਹੂਰ ਹੈ, ਕਹਿੰਦੇ ਭਦੌੜ ਦੀ ਚਾਟੀ ਮਸ਼ਹੂਰ ਹੈ, ਭਗਤੇ ਦੇ ਹੜੰਬੇ ਮਸ਼ਹੂਰ ਹੈ ਤੇ ਚਚਰਾੜੀ ਦੀ ਦਾਤੀ ਮਸ਼ਹੂਰ ਹੈ। ਇੱਧਰ ਵੇਖਦੇ ਵੀ ਗੱਲ ਕਸੂਤੀ ਦੀ ਬਣੀ ਹੋਈ ਹੈ, ਪ੍ਰਗਟ ਸਿੰਘ ਮਾੜੀ ਵਾਲਾ ਆਓ ਸਾਹਮਣੇ ਵੇਖਦੇ ਹੰਦਿਆਂ ਦੇ ਲਾਗਿਆ ਕੇ ਪੂਰੀ ਕੋਸ਼ਿਸ਼ ਕਰਦਾ ਹੋਇਆ ਅੰਕ ਮਾਰ ਦੋ ਤਾੜੀਆਂ ਜ਼ੋਰਦਾਰ ਇੱਕ ਵਾਰੀ। ਮਾੜੀ ਵਾਲੇ ਕਿੰਨੇ ਕਹੇ ਦੱਸੋ ਮਾੜਾ ਤਾੜੀ ਮਾਰ ਕੇ। ਪਰ ਮਾੜੀ ਪਿੰਡ ਬੜਾ ਮਸ਼ਹੂਰ ਹੈ, ਕਹਿੰਦੇ ਰੂਪ ਸਿੰਘ ਜੀ ਧਾਲੀਵਾਲ ਉੱਥੇ ਜਿੰਦੀ ਨੰਬਰਦਾਰ ਜੀ ਕੈਨੇਡਾ 'ਚ ਬੈਠੇ ਹੈ, ਰੂਪ ਸਿੰਘ ਜੀ ਧਾਲੀਵਾਲ US 'ਚ ਬੈਠੇ, ਉਹ ਵੀ ਅੱਜ ਦੇ ਮੈਚਾਂ ਨੂੰ ਲਾਈਵ ਤੱਕਦੇ ਉੱਥੇ ਹੈ, ਹਰਜੀਤ ਸਿੰਘ ਜੀ ਗਿੱਲ ਹੁਣੀ ਇਹਨਾਂ ਮੈਚਾਂ ਦਾ ਨਜ਼ਾਰਾ ਤੱਕਦੇ। ਮੈਂ ਬੇਨਤੀ ਕਰਾਂਗਾ ਅਗਲੀਆਂ ਟੀਮਾਂ ਖਾਈ ਤੇ ਦੁੱਲੇ ਵਾਲਾ। ਉੱਧਰ ਨਿਰਮਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵਾਢੀ ਜਿਹਨਾਂ ਦੇ ਯੋਗਦਾਨ ਹੈ, ਸਵਰਨ ਕੈਨੇਡਾ ਦਲਵਿੰਦਰ ਧਾਨਾ ਤੇ ਕਾਲਾ, ਉੱਥੇ ਹਰਬੰਸ ਸਿੰਘ ਜੀ UK ਵਾਲੇ, ਲਖਵੀਰ ਸਿੰਘ ਜੀ 11,000 ਰੁਪਏ ਦੇ ਵੱਡੇ ਜਿਹੜੇ ਯੋਗਦਾਨ ਪੁੱਜੇ ਆ, ਨਾਲ ਧੰਨਵਾਦ ਗੁਰਦੀਪ ਸਿੰਘ ਜੀ ਔਲਖ ਪੁੱਤਰੀ, ਨਵਨੀਤ ਔਲਖ ਜੀ ਗੋਰਾ ਕੈਨੇਡਾ ਵੱਡੇ ਜਿਹੜੇ ਯੋਗਦਾਨ ਇਹਨਾਂ ਸ਼ਖਸੀਅਤਾਂ ਵੱਲੋਂ ਪਹੁੰਚੇ ਆ, ਬਹੁਤ ਬਹੁਤ ਧੰਨਵਾਦ ਹੈ। ਨਾਲ ਸਾਡੇ ਅਠਾੜਾ ਸਿੰਘ ਜੀ ਬਰਾੜ ਤੇ ਬੱਬੀ ਬਰਾੜ ਜੀ, ਉੱਥੇ ਸਾਡੇ ਸਤਿਗੁਰੂ ਸਰਾਂ ਕੈਨੇਡਾ ਜੀ 5,500 ਰੁਪਏ ਦੇ, ਕੁਲਵਿੰਦਰ ਜਰਮਨ, ਹਰਜੀਤ ਸਿੰਘ ਜੀ ਕੈਨੇਡਾ, ਕੁਲਵੰਤ ਕੈਨੇਡਾ ਜੀ, ਜਗੀਰ ਸਿੰਘ ਜੀ USA ਹਨ ਜੀ। ਨਿਰਮਲ ਜੀ ਵੈਲਕਮ ਟੂ ਗਰਾਊਂਡ। ਟੀਮਾਂ ਕਿਉਂ ਨਹੀਂ ਲੰਘ ਆ ਰਹੀਆਂ, ਖਾਈ ਤੇ ਦੁੱਲੇ ਵਾਲਾ ਦੋਨੋਂ ਟੀਮਾਂ ਨੇ ਇੱਥੇ ਖੜਾ ਹੱਥ ਕੀਤਾ ਵੀ ਦੋਨੇ ਖੜੀਆਂ, ਪਰ ਹੁਣ ਗਰਾਊਂਡ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਆ ਰਹੇ ਖਾਈ ਵਾਲੇ ਵੀ, ਤਾਂ ਬੁਲਾ ਆਪਣੇ ਨਾਲ ਦੇ ਮੁੰਡੇ ਬਾਕੀ ਆ ਸਾਰੇ। ਹੈਲੋ ਬਾਈ ਜੀ, ਪਿਛਲੇ ਮੈਚ ਦੀ ਵਿਨਰ ਟੀਮ ਮਾੜੀ ਮੁਸਤਫਾ ਸੀ, ਪਹਿਲੇ ਮੈਚ ਚੋਂ ਮਾੜੀ ਮੁਸਤਫਾ ਜਿੱਤੀ ਆ ਜੀ, ਨੋਟ ਕਰ ਲਓ। ਇੱਧਰ ਬਾਈ ਜੀ ਸਾਡਾ ਜਿਹੜਾ ਅੱਜ ਡਰਾ ਕੱਢਿਆ ਜਾਂਦਾ, ਠੀਕ 6 ਵਜੇ ਕੱਢ ਦੇਣਾ ਬਾਈ ਡਰਾ, ਇਹਨਾਂ ਨੇ ਇਹ ਲਾਉਂਦੇ ਹਨ ਚੱਕਰ ਤੇ ਜਿਹਨੇ ਜਿਹਨੇ ਬਾਈ ਜੀ ਪਾਉਣੀ ਆ ਨਾ ਪਰਚੀ ਪਾ ਸਕਦਾ, ਇਹਦੇ ਵਿੱਚ ਪਹਿਲਾ ਨਾਮ ਦਿੱਤਾ ਜਾਣਾ ਸਾਈਕਲ, ਦੂਜਾ ਮਧਾਣੀ ਤੇ ਤੀਜਾ ਪ੍ਰੈਸ। ਸੋ ਜਿੰਨਾ ਵੀਰਾਂ ਨੇ ਪਰਚੀ ਪਾਉਣੀ ਪਾ ਸਕਦਾ, ਠੀਕ 6 ਵਜੇ ਡਰਾ ਕੱਢ ਦੇਣਾ ਬਾਈ ਜੀ। ਇੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਦੇਵ ਭਾਰਤੀ ਕਬੱਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਕੋਟਲਾ ਬੇਰ ਸਿੰਘ ਵਾਲਾ ਪਿੰਡ ਆ, ਸਾਡੇ ਇਕਬਾਲ ਪ੍ਰਧਾਨ ਜੀ ਔਰ ਨਾਲ ਸਰਬਾ ਸਾਡਾ ਵੀਰ ਕੁਲਵਿੰਦਰ ਜੀ ਸੈਕਟਰੀ ਸਾਹਿਬ, ਨਾਲ ਗੁਰਵਿੰਦਰ ਬਰਾੜ ਪੈਸ ਜੀ ਸਾਡੇ
ਦਵਿੰਦਰ ਹੋਣੀ ਜਾਗਾ ਤੇ ਨਾਲ ਰੂਪਾ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਕੀਤਾ ਜਾ ਰਿਹਾ ਸਾਡੇ ਵੀਰ ਪਿੰਦੇ ਹੋਣੀ ਨਾਲ ਗੁਰਵਿੰਦਰ ਬਰਾੜਾ ਹੋਣਾਂ ਦੀ ਵੱਡੀ ਦੇਣ ਆ ਕਬੱਡੀ ਲਈ ਬਹੁਤ ਬਹੁਤ ਧੰਨਵਾਦ ਆ ਜੀ ਨਿਰਮਲ ਜੀ। ਲਓ ਸਾਹਮਣੇ ਵੇਖਦੇ ਵੀ ਹੁਣ ਜਿਹੜਾ ਤੁਸੀਂ ਮੈਚ ਦੇਖੋਗੇ ਖਾਈ ਤੇ ਦੁੱਲੇ ਵਾਲੇ ਦੇ ਵਿਚਕਾਰ ਬਹੁਤ ਤਕੜਾ ਮੈਚ ਹੈ। ਦੀਪਾ ਤੇ ਮੀਤ ਦੋਨੋਂ ਵੀਰ ਪੁੱਜੇ ਆ ਨਾਲ ਫੌਜੀ ਯੋਧਪੁਰੀ ਆ ਹੱਥ ਖੜਾ ਕਰਕੇ ਫੌਜੀ ਆ ਹਾਜ਼ਰੀ ਲਵਾ ਦੇ ਦਰਸ਼ਕਾਂ ਦੇ ਵਿੱਚ। ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਮੋਟਰਸਾਈਕਲਾਂ ਦਾ ਜੇਤੂ ਹੈ ਗੱਡੀਆਂ ਦਾ ਜੇਤੂ ਖਿਡਾਰੀ ਅੱਜ ਦੁਨੀਆ ਭਰ ਦੇ ਮਸ਼ਹੂਰ ਕਬੱਡੀ ਦੇ ਖਿਡਾਰੀ ਪੁੱਜੇ ਹੋਏ ਆ। ਫੌਜੀ ਯੋਧਪੁਰ ਵਾਲਾ ਵਿਸ਼ੇਸ਼ ਤੌਰ ਤੇ ਟੀਮ ਲੈ ਕੇ ਪੁੱਜਾ ਹੈ ਅੱਜ ਖਾਈ ਦੀ ਟੀਮ ਫੌਜੀਆ ਖਾਈ ਦੀ ਟੀਮ। ਇੱਕ ਹੋਰ ਜ਼ਰੂਰੀ ਸੂਚਨਾ ਬਾਈ ਜੀ ਮੀਤ ਖਾਈ ਵਾਲੇ ਨੂੰ ਵੈਰੋ ਕਾਲੇ ਕਾਲੂ ਵਾਂਗੂ ਬਾਈ ਕਾਲੂ ਵੱਲੋਂ ਬਾਈ ਜੀ ਸਪੈਸ਼ਲ ਫੋਨ ਨਾਲ ਸਨਮਾਨਿਤ ਕੀਤਾ ਜਾਣਾ ਅੱਜ ਇਸ ਵੀਰ ਦਾ ਵੀ ਇੱਥੇ ਪਹੁੰਚਣ ਤੇ ਪ੍ਰਬੰਧਕ ਕਮੇਟੀ ਵੱਲੋਂ। ਸੋ ਧੰਨਵਾਦ ਆ ਇਸ ਕਰਕੇ ਇਸ ਵੀਰ ਦਾ ਵੀ ਅੱਜ ਕਾਲੂ ਵੱਲੋਂ ਬਾਈ ਜੀ ਮੀਤ ਖਾਈ ਵਾਲੇ ਦਾ ਮੋਬਾਈਲ ਫੋਨ ਨਾਲ ਸਨਮਾਨ ਕੀਤਾ ਜਾ ਰਿਹਾ। ਵਿਸ਼ੇਸ਼ ਤੌਰ ਤੇ ਪ੍ਰਬੰਧਕੀ ਕਮੇਟੀ ਦੇ ਕਾਲਾ ਬੈਰੋਕੇ ਵਾਲੇ ਵੱਲੋਂ ਕਾਲੂ ਵੱਲੋਂ ਖਾਈ ਵਾਲੇ ਮੀਤ ਦਾ ਜਿਹੜਾ ਮੇਰੇ ਵੀਰੋ ਮੋਬਾਈਲ ਫੋਨ ਦੇ ਨਾਲ ਜਿਹੜਾ ਮਾਨ ਸਨਮਾਨ ਕੀਤਾ ਜਾਣਾ ਨਾ ਦੋਲੇ ਵਾਲਾ ਭਦੌੜ ਦੇ ਲਾਗੇ ਪਿੰਡਾਂ ਮੇਰੇ ਵੀਰੋ ਕੁਲਵੀਰ ਕਬੱਡੀ ਪਾ ਰਿਹਾ ਚੱਕੀ ਦੇ ਪੁੜ ਵਰਗੀ ਛਾਤੀ ਆ ਖਿਡਾਰੀ ਦੀ ਲਾਓ ਸਾਹਮਣੇ ਕੁਲਵੀਰ ਕਬੱਡੀ ਪਾ ਰਿਹਾ। ਉਧਰਲੇ ਪਾਸੇ ਚਾਰ ਯਾਫੀਆਂ ਵਿੱਚੋਂ ਵੇਖੋ ਸਾਹਮਣੇ ਖਾਈ ਵਾਲਾ ਤੇ ਅੰਕ ਜਿਹੜਾ ਕੁਲਵੀਰ ਦਾ ਕੋਟ ਕਰੋੜੀਆ ਗੀਤਾ ਆਪਣੇ ਸਮੇਂ ਦਾ ਸਟਾਰ ਆ ਨਾਲ ਮੇਰੇ ਵੀਰ ਹਰਦੇਵ ਸਿੰਘ ਦੇਵ ਦਿਆਲਪੁਰੇ ਦਾ ਇਧਰਲੇ ਪਾਸੇ ਮੀਤ ਖਾਈ ਦੀ ਧਰਤੀ ਦਾ ਖੇਡ ਮੈਦਾਨ ਵਿੱਚ ਵਧਿਆ ਹੋਇਆ ਚੜ੍ਹਦੀ ਬੁਰੇਸਾ ਅੱਖਾਂ ਦੇ ਵੀ ਦਾਊਜੇ ਦੇ ਸੋਲੇ ਖਿਡਾਰੀ ਦੀ ਪਾਈ ਹੋਈ ਕਬੱਡੀ ਚਾਰ ਯਾਫੀ ਕਿਹੜਾ ਦਾਊਜਨ ਦੁੱਲੇ ਵਾਲੀ ਆ ਹਲਕਾ ਟੱਚ ਕੀਤਾ ਯਾਦਾਂ ਧੂੜਾ ਪੜਦਾ ਕਿ ਮਹਿਫਲ ਦੀ ਜਿੰਦ ਜਾਣ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਗਿੱਦੜ ਸ਼ੇਰ ਨਹੀਂ ਬਣਦੇ ਕਦੇ ਰਗਾ ਕੇ ਖੱਲਾਂ ਨੂੰ ਖੁਦ ਗੱਦਾਰ ਨੇ ਕਹਿੰਦੇ ਜੋ ਗੱਦਾਰ ਪੰਜਾਬੀ ਆ ਫੌਜੀ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਹੈ ਇਹਨੂੰ ਕਹਿੰਦੇ ਫੌਜੀ ਯੋਧਪੁਰੀ ਆ ਜਿਹਨੇ ਸ਼ਾਨਦਾਰ ਜਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਅੰਕ ਖਾਈ ਦੀ ਟੀਮ ਦੇ ਹਿੱਸੇ ਜੋੜਤਾ। ਅਗਲੀਆਂ ਟੀਮਾਂ ਨੂੰ ਬੇਨਤੀ ਬਾਬਾ ਦਰਬਾਰੀ ਦਾਸ ਕਬੱਡੀ ਕਲੱਬ ਵੈਰੋ ਕੇ ਤੇ ਜਨੇਰ ਨੂੰ ਮੇਰੀ ਬੇਨਤੀ ਆ ਇਹ ਟੀਮਾਂ ਜਲਦੀ ਪਹੁੰਚਣ ਜਨੇਰ ਤੇ ਵੈਰੋ ਕੇ ਬਾਬਾ ਦਰਬਾਰੀ ਦਾਸ ਕਲੱਬ ਇਹ ਟੀਮਾਂ ਜਲਦੀ ਪਹੁੰਚਣਗੀਆਂ। ਭਾਈ ਬਹਿਲੋ ਕਲੱਬ ਤਖਤਾ ਤੇ ਗਿੱਦੜ ਇਹ ਟੀਮਾਂ ਵੀ ਤਿਆਰ ਹੋ ਕੇ ਜਲਦੀ ਪਹੁੰਚਣ। ਬਹੁਤ ਸੋਹਣਾ ਅੰਕ ਖਾਈ ਵਾਲੇ ਦੀਪੇ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ। ਇਹ ਦੋ ਸਕੇ ਵੀਰਾ ਸਰਦਾਰ ਮਲਕੀਤ ਸਿੰਘ ਦੇ ਸਪੁੱਤਰ ਕਹਿੰਦੇ ਵੀ ਮੀਤ ਤੇ ਖਾਈ ਦੋਨੇ ਸਕੇ ਵੀਰ ਕਬੱਡੀ ਪਾ ਰਹੇ ਆ ਕਹਿੰਦੇ ਸਕਿਆ ਭਾਈਆਂ ਦੀ ਜੋੜੀ ਬੜੀ ਮਸ਼ਹੂਰ ਹੈ। ਲਓ ਇਸ ਮੁੰਡੇ ਦਾ ਘੱਲ ਪਿੰਡ ਹੈ ਕੋਟਲਾ ਮੇਹਰ ਸਿੰਘ ਵਾਲੀ ਧਰਤੀ ਤੇ ਕਹਿੰਦੇ ਬੈਸਟ ਮੋਟਰਸਾਈਕਲ ਦਾ ਮਾਨ ਇਸ ਗੱਭਰੂ ਦੇ ਸਿਆਹ ਸਾਂਝੇ ਤੌਰ ਤੇ ਕਹਿੰਦੇ ਲੱਡੂ ਘੱਲਾਂ ਵਾਲਾ ਬਹੁਤ ਸੋਹਣੀ ਟਰਾਈ ਕਰਦਾ ਹੋਇਆ ਪਰ ਅੰਕ ਇਸ ਦੁੱਲੇ ਵਾਲੀਆ ਗੱਭਰੂ ਆਪਣੇ ਹਿੱਸੇ ਜੋੜਦਾ ਹੈ। ਅਗਲੀਆਂ ਟੀਮਾਂ ਤਿਆਰ ਹੋ ਕੇ ਰਹਿਣ ਮੇਰੀ ਬੇਨਤੀ ਹੈ ਵੀ ਲੇਟ ਨਾ ਹੁਣ ਵੈਰੋ ਕਹਿੰਦੇ ਜਨੇਰ ਦਾ ਮੈਚ ਹੈ ਇਸ ਤੋਂ ਅਗਲਾ ਜੀ। ਉਧਰ ਧੰਨਵਾਦ ਸਾਡਾ ਯੱਗਾ ਬਰਾੜ ਪ੍ਰਧਾਨ ਦਾ ਰੂਪਾ ਸਾਡਾ ਵੀਰ ਕਮਲ ਗੋਰੇ ਉਨੀ ਸਾਰੇ ਵੀਰਾਂ ਦਾ ਧੰਨਵਾਦ ਆ। ਉਧਰ ਸੀਰੇ ਉਨੀ ਸਾਡੇ ਵੀਰ ਜਿਹੜੇ ਬੈਠੇ ਆ ਅਯਾਬ ਸਿੰਘ ਜੀ ਫੌਜੀ ਸਾਹਿਬ ਕਹਿੰਦੇ ਵੀ ਗੁਰਜੀਤ ਖਾਲਸੇ ਦਾ ਜਿਹੜਾ ਹੱਥ ਨੇ ਮੇਰੇ ਵੀਰੋ ਮਾਣ ਸਨਮਾਨ ਜਿਹੜਾ ਤੇ ਨਾਲ ਦਿਆਲਪੁਰ ਦੇ ਦੇਵ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਆ ਨਾਲ ਸਾਡਾ ਵੀਰ ਬੁੱਗਾ ਬਰਾੜ ਸੁਖਮੰਦਰ ਕੁਲਵਿੰਦਰ ਹੋਣਾਂ ਦੇ ਵੱਡੇ ਯੋਗਦਾਨ ਆ ਸਮੁੱਚੀ ਕਬੱਡੀ ਦੀ ਟੀਮ ਦਾ। ਅੱਜ ਵੇਖੋ ਸਾਹਮਣੇ ਘੱਲਾਂ ਵਾਲਾ ਲੱਡੂ ਮੇਰੇ ਵੀਰੋ ਨਹੀਂ ਉਹ ਰੀਸਾ ਇਹ ਵੀ ਚੱਟਾਨ ਵਰਗਾ ਮੇਰੇ ਵੀਰੋ ਜਾਫੀ ਆ ਇਸ ਵੇਲੇ ਕੋਟਲੇ ਮੇਹਰ ਸਿੰਘ ਵਾਲੇ ਦਾ ਜੁਆਇੰਟ ਜਾਫੀ ਔਰ ਮੈਚ ਸਮਾਪਤ। ਅਗਲੀ ਜਿਹੜੀ ਗੱਲ ਨਿਰਮਲ ਜੀ ਇਸ ਮੁਕਾਬਲੇ ਚ ਖਾਈ ਦੀ ਟੀਮ ਜਿੱਤ ਗਈ ਨੋਟ ਕਰੋ ਚੱਲਦੇ ਹੋਏ ਮੈਚ ਚ ਖਾਈ ਦੀ ਟੀਮ ਜਿਹੜੀ ਹੈ
ਜੇ ਤੂੰ ਰਹੀ ਗੋਰੇ ਧਿਆਨ ਦੇ ਨਾਲ ਨੋਟ ਕਰੋ ਜੀ। ਬਾਬਾ ਦਰਬਾਰੀ ਦਾਸ ਕਬੱਡੀ ਕਲੱਬ ਵੈਰੋਕੇ ਤੇ ਜਨੇਰ ਨੂੰ ਮੇਰੀ ਬੇਨਤੀ ਲੰਘਿਆ ਹੁਣ ਟੀਮਾਂ ਕਮਲ ਜੀ ਹੈਗੀ ਕੋਈ ਟੀਮ ਕਿ ਨਹੀਂ? ਮੇਰੇ ਖਿਆਲ ਕੋਈ ਨਜ਼ਰ ਨਹੀਂ ਆ ਰਹੀ ਹੈਗੀਆਂ, ਬੁਲਾਓ ਜੀ। ਨਾਲ ਹੀ ਭਾਈ ਬਹਿਲੋ ਕਲੱਬ ਤਖਤਾ ਭਾਈ ਤੇ ਗਿੱਦੜ ਦੀਆਂ ਟੀਮਾਂ ਵੀ ਤਿਆਰ ਰਹਿਣਗੀਆਂ। ਡੱਗੋ ਰਮਾਣਾ ਬੀ ਦਾ ਮੈਚ ਸਮਾਲਸਰ ਨਾਲ ਹੋਵੇਗਾ, ਸ਼ੇਰਪੁਰਾ ਕਲਾਨ ਦੀ ਟੀਮ ਵਕੀਲਾਂ ਵਾਲਿਆਂ ਨਾਲ ਖੇਡੇਗੀ, ਬੁੱਗੀਪੁਰੇ ਦਾ ਮੈਚ ਕੰਡਿਆਲ ਦੀ ਟੀਮ ਨਾਲ ਹੋਣਾ ਹੈ। ਇਹ ਸਾਰੀਆਂ ਟੀਮਾਂ ਨੋਟ ਕਰ ਲੈਣ ਧਿਆਨ ਦੇ ਨਾਲ। ਹਾਂਜੀ ਉਧਰ ਨਿਰਮਲ ਜੀ ਬੇਨਤੀ ਕੇਬਲ ਵਾਲੇ ਵੀਰ ਨੂੰ ਵੀ, ਕੇਬਲ ਜਿਹੜੀ ਸਾਫ ਨਹੀਂ ਚੱਲ ਰਹੀ, ਬੇਨਤੀ ਆ ਉਸ ਕੇਬਲ ਵਾਲੇ ਵੀਰ ਨੂੰ ਵੀ ਜਿਹੜੀ ਕੇਬਲ ਸਾਫ ਨਹੀਂ ਚੱਲ ਰਹੀ ਲਾ ਧੋਨੀ ਮੇਰੇ ਵੀਰੋ ਰਾਣੀ ਵਾਲੀਆਂ ਨਰਵੈਰ ਸਿੰਘ ਇਹ ਵੀ ਕਹਿੰਦੇ ਵੀ ਲੰਮੇ ਸਮੇਂ ਤੋਂ ਇਸ ਕਬੱਡੀ ਨੂੰ ਮੇਰੇ ਵੀਰੋ ਖੇਡਦਾ ਆ ਰਿਹਾ ਰਾਣੀ ਵਾਲ ਦਾ ਤੇ ਮੇਰੇ ਵੀਰੋ ਨਰਵੈਰ ਸਿੰਘ ਧੋਨੀ ਵੈਰੋ ਕਹਿੰਦੇ ਲੱਖੇ ਹੁਣੀ ਖੇਡ ਕਲੱਬ ਮੇਰੇ ਵੀਰੋ ਵੈਰੇ ਕਹਿੰਦੀ ਬਾਬਾ ਦਰਬਾਰੀ ਦੱਸ ਇਹ ਟੀਮ ਜਿਹੜੀ ਕੀਪਾ ਭੂੰਦਣ ਵਾਲਾ ਕਹਿੰਦੇ ਵੀ ਇਹ ਮੇਰੇ ਵੀਰੋ ਕਬੱਡੀ ਦਾ ਅੱਜ ਦੇ ਸਮੇਂ ਦਾ ਸਟਾਰ ਆ ਮੇਰੇ ਵੀਰੋ ਕਹਿੰਦੇ ਤੇ ਕਹਾਉਂਦੇ ਧਾਵੀਆਂ ਨੂੰ ਡੱਕਣ ਵਾਲਾ ਭੂੰਦਣ ਵਾਲਾ ਕੀਪਾ ਦੁਨੀਆ ਦਾ ਸਟਾਰ ਕੀਪੇ ਫਤਿਹ ਸਾਂਝੀ ਕਰਦੇ ਦਰਸ਼ਕਾਂ ਦੇ ਨਾਲ ਨਾ ਹੋਈ ਜਾਂਦਾ ਆ ਗੱਭਰੂ ਆ ਭੂੰਦਣ ਵਾਲਾ ਕੀਪਾ ਮੇਰੇ ਵੀਰੋ ਦੁਨੀਆ ਦੇ ਕਹਿੰਦੇ ਤੇ ਕਹਾਉਂਦੇ ਧਾਵੀਆਂ ਨੂੰ ਵਕਤ ਪਾ ਦਿੰਦਾ ਰਾਜੂ ਵਰਗੇ ਪੁੱਜੇ। ਹਾਂਜੀ ਨਿਰਮਲ ਜੀ ਉਧਰੋਂ ਰਾਜਾ ਸਾਡਾ ਵੀਰ ਮਲਕਿਆਂ ਵਾਲਾ ਉਹ ਵੀ ਅੱਜ ਦੇ ਇਹਨਾਂ ਮੈਚਾਂ ਨੂੰ ਤੱਕਦਾ ਰਾਜਾ ਮਲਕਿਆਂ ਵਾਲਾ ਦੋ ਤਾਂ ਇੱਥੋਂ ਦਾ ਵਿਨੀ ਬਿਗਤੋਂ ਵੀ ਅੱਜ ਇਹਨਾਂ ਮੈਚਾਂ ਨੂੰ ਲਾਈਵ ਤੱਕਦਾ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਜਗਤਾਰ ਮਲਕਿਆਂ ਵਾਲਾ ਉਹ ਵੀ ਇਹਨਾਂ ਮੈਚਾਂ ਨੂੰ ਲਾਈਵ ਤੱਕਦਾ ਹੈ। ਆਪਾਂ ਧੰਨਵਾਦ ਕਰਾਂਗੇ ਸਾਡੇ ਵੀਰ ਜਗਤਾਰ ਮਲਕਿਆਂ ਵਾਲਾ USA 'ਚ ਬੈਠਾ ਹੈ ਉਹ ਵੀ ਇਹਨਾਂ ਮੈਚਾਂ ਦਾ ਨਜ਼ਾਰਾ ਤੱਕਦਾ ਆਪਾਂ ਸਵਾਗਤ ਕਰਦੇ ਹਾਂ। ਉੱਥੇ ਦਲਵਿੰਦਰ ਸਿੰਘ ਜੀ ਧਾਨਾ ਚੇਅਰਮੈਨ ਸਾਹਿਬ ਆ ਉਹ ਵੀ ਅੱਜ ਦੇ ਮੈਚਾਂ ਨੂੰ ਕਾਲੇ ਬਰਾਡ ਹੋਣਾਂ ਦੀ ਗੱਲ ਚਾਹੇ ਗੱਲ ਕਰੀਏ ਸਰਦਾਰ ਪ੍ਰੀਤਮ ਸਿੰਘ ਹੁਣੀ ਬਲਦੇਵ ਸਿੰਘ ਜੀ ਔਲਖ ਉਹ ਵੀ ਅੱਜ ਦੇ ਮੈਚਾਂ ਨੂੰ ਲਾਈਵ ਤੱਕਦੇ ਸਰਦਾਰ ਮਹਿੰਦਰ ਸਿੰਘ ਜੀ MLA ਸਾਹਿਬ ਆ ਕਹਿੰਦੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਵੈਰੋਕੇ ਪਿੰਡ ਦਾ ਨਾਂ ਚੱਲਦਾ ਹੈ। ਸੋ ਆਪਾਂ ਧੰਨਵਾਦ ਕਰਾਂਗੇ ਸਾਰੇ ਨਗਰ ਵਾਸੀਆਂ ਦਾ ਔਰ ਜਲਦੀ ਮੈਚ ਸ਼ੁਰੂ ਕਰੋ ਜੀ ਵੈਰੋਕੇ ਤੇ ਜਨੇਰ ਦੇ ਵਿਚਕਾਰ। ਕਹਿੰਦੇ ਵੀ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਮੋਟਰਸਾਈਕਲਾਂ ਦੇ ਜੇਤੂ ਆ, ਟਰੈਕਟਰਾਂ ਦੇ ਜੇਤੂ ਆ, ਗਹਿਲਾਂ ਦੇ ਕਬੱਡੀ ਕੱਪ ਦਾ ਟਰੈਕਟਰ ਜੇਤੂ ਨਰਵੈਰ ਸਿੰਘ ਧੋਨੀ, ਦੂਸਰੇ ਪਾਸੇ ਕੀਪਾ ਭੂੰਦਣ ਵਾਲਾ ਕਹਿੰਦੇ ਗੁੱਟ ਦੇ ਫੜਾਕਾਂ ਵਿੱਚ ਕਿਰਪਾਲ ਸਾਹਿਬ ਦੀ ਯਾਦ ਦਿਵਾਉਣ ਵਾਲਾ ਬੰਦਾ ਹੈ ਇਹ ਕੀਪਾ ਭੂੰਦਣ ਵਾਲਾ। ਅੱਜ ਵੈਰੋਕਿਆਂ ਨੇ ਮੰਗਮਾ ਲਿਆ ਹੈ ਕਮਲ ਕੋਚ ਦੀ ਟੀਮ ਦੇ ਲਈ ਖੇਡਣ ਲਈ ਪੁੱਜਿਆ ਹੈ ਕੀਪਾ ਭੂੰਦਣ ਦਾ ਤੇ ਨਰਵੈਰ ਸਿੰਘ ਧੋਨੀ ਰਾਣੀ ਵਾਲਾ ਪਿੰਡ ਪਿੱਥੋਂ ਵਾਲੇ ਸ਼ੀਰੇ ਦੇ ਨਾਲ ਕਹਿੰਦੇ ਭਾਈਆਂ ਤੋਂ ਵੱਧ ਕੇ ਪਿਆਰ ਤੇ ਇਹਨਾਂ ਦੀ ਜੋੜੀ ਵੀ ਬੜੀ ਮਸ਼ਹੂਰ ਆ ਦੁਨੀਆ ਭਰ ਦੇ ਵਿੱਚ। ਔਰ ਵੇਖਦੇ ਵੀ ਸਾਹਮਣੇ ਪਹਿਲੀ ਕਬੱਡੀ ਹੁਣ ਕੌਣ ਪਾਵੇਗਾ ਵੈਰੋਕਾਂ ਦੀ ਟੀਮ ਜਿਹੜੀ ਕੇਸਾਧਾਰੀ ਟੀਮ ਹੈ ਇਹ ਟੀਮ ਸਾਹਮਣੇ ਸ਼ਿਪ ਦੇ ਪਾਸੇ ਕਹਿ ਸਕਦੇ ਜਿੱਧਰ ਫਲੈਕਸ ਬੋਰਡ ਲੱਗਾ ਹੋਇਆ ਹੈ। ਵੈਰੋਕਾਂ ਦੀ ਟੀਮ ਦੀ ਵੱਖਰੀ ਗੱਲ ਵਿਲੱਖਣਤਾ ਰੱਖੀ ਹੈ ਟੂਰਨਾਮੈਂਟ ਵਿੱਚ ਔਰ ਕੇਸਾਧਾਰੀ ਤੇ ਨਸ਼ੇ ਤੋਂ ਰਹਿਤ ਟੀਮ। ਹਾਂਜੀ ਨਿਰਮਲ ਜੀ ਉੱਧਰ ਸਵਰਨ ਸਿੰਘ ਜੀ ਧਾਨਾ ਵੈਰੋਕੇ ਕਾਲਾ ਵੈਰੋਕਾਂ ਦੀ ਸਮੁੱਚੀ ਟੀਮ ਦੇ ਲਈ ਜਿਹੜਾ 200 ਰੁਪਏ ਦਾ ਵਾਰਡ ਸਮਾਨ ਪਹੁੰਚਿਆ ਬਲਦੀਪ ਬਹੁਤ ਧੰਨਵਾਦ ਜੀ। ਬਲਦੀਪ ਨੂੰ ਬੇਨਤੀ ਵੀ ਜਲਦੀ ਪਹੁੰਚੇ, ਬਲਦੀਪ ਜਲਦੀ ਗਰਾਊਂਡ ਪਹੁੰਚੇ। ਲਓ ਜਨੇਰ ਦੀ ਟੀਮ ਜਿਹੜੀ ਹੈ ਇਹ ਟੀਮ ਚੜ੍ਹਦੇ ਪਾਸੇ ਹੈ, ਜਨੇਰ ਵਾਲੇ ਮੁੰਡੇ ਨੇ ਆਪਣੇ ਹਿੱਸੇ ਦੀ ਪਹਿਲੀ ਕਬੱਡੀ ਪਾਈ ਹੈ ਇਹ ਜੀਤਾ ਜਨੇਰ ਵਾਲਾ। ਦੂਸਰੇ ਪਾਸੇ ਵੇਖਦੇ ਵੀ ਆਓ ਕੀਪਾ ਭੂੰਦੜ ਦੀ ਧਰਤੀ ਦਾ ਦੁਨੀਆ ਦਾ ਮਹਾਨ ਖਿਡਾਰੀ ਮਾਰੋ ਤਾੜੀਆਂ ਇੱਕ ਵਾਰੀ ਕੁਲਦੀਪ ਦੇ ਨਾਂ ਤੇ, ਅੱਜ ਦੁਨੀਆ ਭਰ ਦੇ ਸਟਾਰ ਖਿਡਾਰੀ ਸੰਤ ਬਾਬਾ ਦਰਬਾਰੀ ਦਾਸ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਅੱਜ ਕਬੱਡੀ ਦਾ ਮਹਾਕੁੰਭ 16ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਕਹਿੰਦੇ ਦੁਨੀਆ ਭਰ ਦੇ ਮਸ਼ਹੂਰ ਕਬੱਡੀ ਦੇ ਖਿਡਾਰੀ ਪੁੱਜੇ ਹੈ। ਉਧਰੋਂ ਕਹਿੰਦੇ ਵੀ ਗੁਰਵਿੰਦਰ ਬਰਾੜ ਜੀ ਸ਼ਰੀ ਵਿੱਚ ਬੈਠਾ ਹੈ ਅੱਜ ਇਹਨਾਂ ਮੈਚਾਂ ਨੂੰ ਲਾਈਵ ਤੱਕਦਾ ਹੈ ਕੋਟਲੇ ਵਾਲਾ, ਆਪਣਾ ਯਾਰ ਉਹਦਾ ਵੀ ਧੰਨਵਾਦ ਕਰਦੇ ਹਾਂ। ਸਾਰੇ ਵੀਰਾਂ ਦਾ ਆਪਾਂ ਸਮੇਂ ਸਿਰ ਸਵਾਗਤ ਕਰਾਂਗੇ। ਅਗਲੀ ਕਬੱਡੀ ਨਰਵੈਰ ਧੋਨੀ ਪਾਉਣ ਦੇ ਲਈ ਵਧਿਆ ਹੈ ਪਰ ਹਿੰਗ ਲੱਗੀ ਨਾ ਫੜਕੜੀ ਗੱਲ ਉਹ ਬਣੀ ਹੋਈ ਪੁਆਇੰਟ ਹਲਕਾ ਟੈਕ ਲੱਗ ਕੇ ਆਪਣੀ ਟੀਮ ਦੇ ਹਿੱਸੇ ਵੈਰੋਕਾਂ ਦੇ ਹਿੱਸੇ ਜੋੜਦਾ ਹੋਇਆ ਗੱਭਰੂ।
ਇਧਰਲੇ ਪਾਸੇ ਅਗਲੀ ਕਬੱਡੀ ਕਹਿੰਦੇ ਵੀ ਚਿੜਕ ਪਿੰਡਾਂ ਦਾ ਹੋ ਜਾਂਦਾ ਤੇ ਗੋਲਡੀ ਨਾਮ ਆ ਗੋਲਡੀ ਚਿੜਕ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਬਖਣ ਡੀ ਪੀ ਉਹਨਾਂ ਦਾ ਨਾਮ ਚੱਲਿਆ ਕਿਤੇ ਮੇਰੇ ਬਬਲੀ ਹੁਣਾਂ ਦਾ ਇੱਕ ਪਾਸੇ ਬਿੱਟੂ ਆ ਤੇ ਨਾਲ ਕਹਿੰਦੇ ਵੀ ਨੌਜਨ ਬਿੱਟੂ ਦੇ ਮੁਕਾਬਲਾ ਇੱਕ ਦਗਾਲ ਵਾਲਾ ਆ ਗਬਰੂ ਕਹਿੰਦੇ ਵੀ ਕਮਲ ਤੋਂ ਕਬੱਡੀ ਦੀਆਂ ਬਾਤਾਂ ਸਿੱਖਿਆ ਕਬੱਡੀ ਦੀਆਂ ਅਮਰੀਕੀਆਂ ਮੋਟੇ ਪਰ ਤੋਂ ਖਿੱਚ ਵੱਜੀ ਜਾਂਦਾ ਧੂੜਾ ਪੜਦਾ ਮੇਰੇ ਵੀਰੋ ਇਸ ਵੇਲੇ ਗੋਲਡੀ ਚਿੜਕ ਦੀ ਧਰਤੀ ਦਾ ਚੱਲ ਵੀ ਨੌਜਨ ਦਾ ਲਵਿਆ ਪਾਸ ਕਬੱਡੀ ਕਬੱਡੀ ਦਾ ਸਰਦਾਰ ਇਸ ਵੇਲੇ ਗੁੰਦਿਆ ਸਰੀਰ ਆ ਵੇਖੋ ਸਾਹਮਣੇ ਖੇਡ ਗਰਾਊਂਡ ਵਿੱਚ ਲਾਬਾ ਵੈਰੋ ਕੇ ਵਾਲਾ ਚਾਰ ਯਾਫੀ ਜਨੇਰ ਪਿੰਡ ਵਾਲੇ ਆ ਲਓ ਕਿਹੜਾ ਯਾਫੀ ਇਸ ਵੇਲੇ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਤੇ ਗੁਰੂ ਬਿਨਾ ਯੋਧਿਆ ਗਿਆਨ ਹੁੰਦਾ ਨਹੀਂ ਇਹ ਮੁੰਡਾ ਲਵਪ੍ਰੀਤ ਲਵਾ ਧਾਨੇ ਦਾ ਭਤੀਜਾ ਏ ਕਹਿੰਦੇ ਲੰਘਿਆ ਨੇ ਨਾਨਕੇ ਤੇ ਵੈਰੋ ਕਿਆ ਪਿੰਡ ਵੀ ਮੁੰਡਾ ਸਾਊ ਜੇ ਸੁਭਾਅ ਦਾ ਲਵਾ ਕਰਦਾ ਨਾ ਹਿੰਡ ਵੀ ਲੰਘਿਆ ਨੇ ਨਾਨਕੇ ਤੇ ਵੈਰੋ ਕੇ ਪਿੰਡ ਵੀ ਲਵਾ ਸਾਊ ਜੇ ਸੁਭਾਅ ਦਾ ਮੁੰਡਾ ਕਰਦਾ ਨਾ ਹਿੰਡ ਵੀ ਕਹਿੰਦੇ ਮੁੰਡੇ ਦੇ ਨਾਨਕੇ ਮੇਰੇ ਪਿੰਡ ਵਿੱਚ ਲੰਘਿਆ ਨੇ ਦੇ ਆ ਲੰਘਿਆ ਨੇ ਦੇ ਦੋ ਤੇ ਬੜੇ ਮਹਾਨ ਕਬੱਡੀ ਦੇ ਖਿਡਾਰੀ ਚਾਹੇ ਲਵੇ ਦੀ ਗੱਲ ਹੋਵੇ ਚਾਹੇ ਲੰਡਿਆਂ ਵਾਲੇ ਜੰਟੇ ਦੀ ਗੱਲ ਹੈ ਚਾਹੇ ਸਾਪੂੜੀਏ ਧਰਵੰਤ ਦੇ ਵੀ ਨਾਨਕੇ ਰੇਸ਼ਮ ਸਿੰਘ ਜੀ ਬਰਾੜ ਦੇ ਘਰ ਦੇ ਵਿੱਚ ਲੰਘਿਆ ਨੇ ਚਾਹੇ ਲੰਘਿਆ ਨੇ ਦੋ ਤੇ ਬੜੇ ਮਸ਼ਹੂਰ ਹੈ ਲਓ ਸਾਹਮਣੇ ਵੇਖਦਾ ਵੀ ਇਹ ਮੁੰਡਾ ਕੀ ਪਾਏ ਪੁੰਦਰ ਪਿੰਡ ਲਓ ਦੁਨੀਆ ਵਿੱਚ ਮਸ਼ਹੂਰ ਕਰਦਾ ਏ ਗੁੱਟ ਨੂੰ ਫੜ ਕੇ ਮਾਰੇ ਕਿੰਚੀ ਪ੍ਰੇਮ ਝੇੜਾਂ ਦਾ ਆ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਵੀ ਖੈਰ ਕਿੱਥੋਂ ਪਾਵਾਂ ਜੋਗੀਆ ਵੇ ਕੁੰਜੀ ਲੈ ਗਈ ਚਵਾਰਿਆਂ ਵਾਲੀ ਮੈਂ ਖੈਰ ਕਿੱਥੋਂ ਪਾਵਾਂ ਜੋਗੀਆ ਕੁੰਜੀ ਲੈ ਗਈ ਚਵਾਰਿਆਂ ਕਹਿੰਦੇ ਵੀ ਚੜਿੱਕ ਦੇ ਮੇਲੇ ਦਾ ਫੋੜ ਦਾ ਜੇਤੂ ਕੀਪਾ ਭੂੰਦੜ ਵਾਲਾ ਫੋੜ ਜਿੱਤਿਆ ਚੜਿੱਕ ਦੇ ਮੇਲੇ ਤੇ ਰਾਣੀ ਵਾਲੀਆ ਨਰਵੈਰ ਸਿੰਘ ਖੇਡ ਗਰਾਊਂਡ ਵਿੱਚ ਬੰਧਿਆ ਹੋਇਆ ਡੌਲੇ ਉੱਪਰ ਖੜਵਾਇਆ ਖੰਡਾ ਵੇਖੋ ਸਾਹਮਣੇ ਦੂਸਰੇ ਪਾਸੇ ਜੁਨੇਰ ਵਾਲਾ ਰੱਖਿਆ ਹੋਇਆ ਧਾਉਣ ਤੇ ਹੱਥ ਹੈ ਪਰ ਦੂਸਰੇ ਪਾਸੇ ਵੱਡਾ ਤਜਰਬਾ ਇਸ ਵੇਲੇ ਨੌਜਨ ਨੂੰ ਰਾਣੀ ਵਾਲੀ ਘੋਰੀ ਨੇ ਪੁਆਇੰਟ ਆਪਣੀ ਟੀਮ ਲਈ ਜੋੜਿਆ ਭਗਤਾ ਭਾਈ ਤੇ ਗਿੱਦੜ ਦੀ ਟੀਮ ਨੂੰ ਬੇਨਤੀ ਭਗਤਾ ਆ ਗਈ ਵੀ ਹੱਥ ਖੜਾ ਕਰੋ ਭਗਤੇ ਵਾਲੇ ਮੇਰੇ ਨਾਲ ਖੜੇ ਆ ਤੇ ਗਿੱਦੜ ਪਿੰਡ ਦੀ ਟੀਮ ਕਿੱਥੇ ਮੇਰੀ ਬੇਨਤੀ ਹੈ ਤਿਆਰ ਆ ਜੀ ਇਸ ਮੈਚ ਤੋਂ ਅਗਲਾ ਮੈਚ ਤੁਹਾਡਾ ਗਰਾਊਂਡ ਖਾਲੀ ਨਹੀਂ ਹੋਣਾ ਚਾਹੀਦਾ ਭਗਤੇ ਦਾ ਮੈਚ ਗਿੱਦੜ ਪਿੰਡ ਦੇ ਨਾਲ ਉਧਰ ਰਾਜਵਿੰਦਰ ਭੋਡੀਪੁਰਾ ਜੀ ਬੈਰੋਕਿਆਂ ਦੀ ਸਮੁੱਚੀ ਟੀਮ ਲਈ ਨਿਰਮਲ 500 ਆ ਰਾਜਵਿੰਦਰ ਭੋਡੀਪੁਰਾ ਜੀ ਵੱਡੀਆਂ ਜਿਹੜੀਆਂ ਰਿਸ਼ਤੇਦਾਰੀਆਂ ਬਾਈ ਸਵਰਨ ਸਿੰਘ ਉਹਨਾਂ ਦੇ ਨਾਲ ਆ 500 ਰੁਪਏ ਹਾਂਜੀ ਨਿਰਮਲ ਜੀ ਲੱਖਾਂ ਬੈਰੋਕੇ ਵਾਲਾ ਲੱਖੇ ਦੀ ਕਬੱਡੀ ਪੈਂਦੀ ਤੇ ਕਹਿੰਦੇ ਦਲਵਿੰਦਰ ਸਿੰਘ ਜੀ ਧਾਨਾ ਚੇਅਰਮੈਨ ਨਾਲ ਕਹਿੰਦੇ ਕਾਲਾ ਬਰਾੜ ਜੀ ਨਾਲ ਸਰਦਾਰ ਪ੍ਰੀਤਮ ਸਿੰਘ ਜੀ ਔਰ ਕਹਿੰਦੇ ਅਖਾੜੇ ਵਾਲੇ ਸਰਦਾਰ ਕਹਿੰਦੇ ਵੀ ਜਿੰਨੇ ਵੀ ਪੁਆਇੰਟ ਲੈਣਗੇ ਔਰ ਹਰ ਪੁਆਇੰਟ ਤੇ 500 ਰੁਪਏ ਤਾਂ ਜਾਵੇਗਾ ਬੈਰੋਕਾਂ ਦੀ ਟੀਮ ਨੂੰ ਜਿੰਨੇ ਵੀ ਚਾਹੇ ਰੇਡਰ ਚਾਹੇ ਜਾਫੀ ਹੈ ਪਰ ਲੱਖਾ ਜਫਾ ਖਾ ਬੈਠਾ ਏ ਵੀ ਧੂੜਾ ਪੱਟੀ ਜਾਂਦੇ ਆ ਜਿੰਨਾ ਦੁੱਧ ਮਾਵਾਂ ਦਾ ਪੀਤਾ ਲੋਕੋ ਫੜਨੇ ਸੌਖੇ ਨਹੀਂ ਦੋਲਾ ਲੱਖਾਂ ਤੇ ਕੁਲਜੀਤਾ ਦੋਲਾ ਲੱਖਾਂ ਤੇ ਕੁਲਜੀਤਾ ਮਿੱਤਰੋ ਫੜਨੇ ਸੌਖੇ ਨਹੀਂ ਗੋਲਡੀ ਚਿੜਕ ਵਾਲਾ ਇਸ ਵੇਲੇ ਖੇਡ ਗਰਾਊਂਡ ਵਿੱਚ ਵਧਿਆ ਹੋਇਆ ਹਾਂਜੀ ਉਧਰ ਅਮਰੀਕ ਖਾਣਾ ਦਲਵਿੰਦਰ ਧਾਨਾ ਤੇ ਕਾਲਾ 500 ਦਿੱਤਾ ਜਾਣਾ ਵੈਰੋਕਿਆਂ ਦੀ ਟੀਮ ਨੂੰ 500 ਅਮਰੀਕ ਖਾਣਾ ਜੀ ਦਲਵਿੰਦਰ ਧਾਨਾ ਤੇ ਨਾਲ ਕਾਲਾ ਹਰੇਕ ਪੁਆਇੰਟ ਤੇ 500 ਦਿੱਤਾ ਜਾਣਾ ਮੱਖਣ ਬਰਾੜ ਮੱਲ ਕੇ ਪਹੁੰਚੇ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਜੀਓ ਆਖਿਆ ਜਾਂਦਾ ਸੋ ਇੱਕ ਵਾਰ ਤੋਂ ਫੇਰ ਤੋਂ ਧੰਨਵਾਦ ਹੈ ਮੋਸਟ ਵੈਲਕਮ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਮੱਲ ਕੇ ਪਿੰਡ ਆ ਮੱਖਣ ਬਰਾੜ ਜੀ ਪੂਰੀ ਦੁਨੀਆ ਦੇ ਵਿੱਚ ਕਲਮ ਚੱਲ ਰਹੀ ਆ ਕੈਨੇਡਾ ਦੇ ਵਿੱਚ ਰੈਡ ਬਸੇਰੇ ਆ ਬਲ ਕੇ ਪਿੰਡਾ ਕਿ ਵੀਜ਼ੇ ਦੀ ਨਾ ਲੋੜ ਪਵੇ ਕਿਸੇ ਇਨਸਾਨ ਨੂੰ ਤੇ ਮੱਖਣ ਬਰਾੜ ਲੋਚੇ ਪੰਜਾ ਸਾਹਿਬ ਜਾਣ ਨੂੰ ਵਸਦਾ ਕੈਨੇਡਾ ਪਿੰਡ ਮੱਲ ਕੇ ਆ ਭੌਰ ਦਾ ਤੇ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਇਹ ਉਹ ਮੱਖਣ ਬਰਾੜ ਆ ਬਲ ਕੇ ਵਾਲਾ ਆ ਚੱਲਿਆ ਨੌਜਨ ਜਨੇਰ ਵਾਲਾ ਇੱਕ ਪਾਸੇ ਬਿੱਟੂ
ਨਾਲ ਰਾਜੂ ਨਾਲ ਕੀਪਾ ਤੇ ਕਹਿੰਦੇ ਵੀ ਭੂੰਦੜ ਵਾਲਾ ਇਹ ਕਿਹੜਾ ਗੱਭਰੂ ਜੱਫਾ ਲਾਉਂਦਾ ਲਾ ਉਹ ਸਾਹਮਣੇ ਭੂੰਦੜ ਦਾ ਕੀਪਾ ਮੇਰੇ ਵੀਰਿਓ ਦੁਨੀਆਂ ਦੇ ਵਿੱਚ ਨਾਮ ਇਸ ਖਿਡਾਰੀ ਦਾ ਭਰੀ ਹੋਈ ਬਗਲ ਇੱਕ ਪਾਸੇ ਜਾਫੀ ਦੂਸਰੇ ਪਾਸੇ ਧਾਵੀ ਜੁਨੇਰਾ ਵਾਲਾ ਮਾਰ ਦੋ ਸਰਦਾਰੀਆਂ ਵਾਹ ਨਹੀਂ ਰਿਸਾ ਇਹ ਕਹਿੰਦੇ ਚੀਨ ਦੀ ਕੰਧ ਬਣਨ ਵਾਲੀ ਗੱਲ ਹੈ ਲਓ ਸਾਹਮਣੇ ਦੇਖਦਾ ਅਗਲੀ ਕਬੱਡੀ ਪਾਉਣ ਦੇ ਲਈ ਹਾਂਜੀ ਹੈਲੋ ਬਾਈ ਜੀ ਜਿਹਦੇ ਕੋਲੇ ਵੈਰੋ ਪੱਤੀ ਦੇ ਭਾਂਡਿਆਂ ਦਾ ਚਾਰਜ ਆ ਉਹ ਆਪਦਾ ਉੱਥੇ ਪਹੁੰਚੇ ਉਹਨਾਂ ਨੂੰ ਭਾਂਡੇ ਲੈ ਕੇ ਜਾਣੇ ਆ ਬਾਈ ਜੀ ਭਾਂਡਿਆਂ ਦਾ ਚਾਰਜ ਆ ਜਿਹਦੇ ਕੋਲੇ ਵੈਰੋ ਪੱਤੀ ਵਾਲਿਆਂ ਦਾ ਉਹ ਜਲਦੀ ਦੇ ਨਾਲ ਉੱਥੇ ਪਹੁੰਚੇ ਉਹ ਭਾਂਡੇ ਲੈ ਕੇ ਜਾਣੇ ਆ ਬਾਈ ਜੀ ਠੀਕ ਹੈ ਜੀ ਉਧਰ ਸਾਡਾ ਵੀਰ ਗੁਰਸੇਵਕ ਬਾੜੀ ਵਾਲਾ ਯੂਐਸਏ ਵਿੱਚ ਇਹਨਾਂ ਮੈਚਾਂ ਦੇ ਆਨੰਦ ਮਾਰ ਰਿਹਾ ਆਉਂਦੇ ਮੇਲੇ ਤੇ ਕਹਿੰਦੇ ਵੀ ਮਾੜੀ ਵਾਲੇ ਗੋਰੇ ਦਾ ਮੋਟਰਸਾਈਕਲ ਨਾਲ ਮਾਣ ਸਮਾਨ ਹੋਣਾ ਉਧਰ ਗੁਰਵਿੰਦਰ ਉਨੀ ਪਿੰਡਾ ਸਾਡਾ ਵੀਰ ਸਾਰੇ ਵੀਰ ਕੋਟਲਾ ਮੇਹਰ ਸਿੰਘ ਵਾਲਾ ਕਬੱਡੀ 365.com ਰਹੀ ਦੇਖਦੇ ਮੈਚ ਇਧਰਲੇ ਪਾਸੇ ਅੰਕ ਜਿਹੜਾ ਦੱਸੀ ਵੀ ਦਾਲਪੁਰੇ ਦੇ ਦੇਵ ਲਓ ਜਾਂਦਾ ਰੈਫਰੀ ਦਾ ਫੈਸਲਾ ਅੰਤਮ ਆ ਵੀਰੇ ਰੈਫਰੀ ਨਾਲ ਝਗੜਾ ਬਾਜੀ ਨਹੀਂ ਕਰਨੀ ਹਾਂਜੀ ਨਿਰਮਲ ਜੀ ਰਾਜੂ ਦੇ ਲਈ 100 ਰੁਪਇਆ ਪੁੱਜਿਆ ਬਾਈ ਜੀ ਬਲਦੇਵ ਸਿੰਘ ਔਲਖ ਕੈਨੇਡਾ ਵੱਲੋਂ ਆ ਜਾਫੇ ਤੋਂ ਖੁਸ਼ ਹੋ ਕੇ ਬਾਈ ਜੀ ਬਲਦੇਵ ਸਿੰਘ ਔਲਖ ਵੱਲੋਂ ਰਾਜੂ ਦੇ ਲਈ 100 ਰੁਪਇਆ ਲਓ ਸਾਹਮਣੇ ਵੇਖਦੇ ਵੀ ਉਧਰੋਂ ਦਲਵਿੰਦਰ ਸਿੰਘ ਜੀ ਧਾਨਾ ਚੇਅਰਮੈਨ ਸਾਹਿਬ ਨਾਲ ਕਾਲਾ ਬਰਾੜ ਜੀ ਕਹਿੰਦੇ ਵੀ 500 ਰੁਪਇਆ ਉਹਨਾਂ ਨੇ ਪਹੁੰਚਦਾ ਕਰਦਾ ਟੀਮ ਦੇ ਲਈ ਬਹੁਤ ਮਿਹਰਬਾਨੀ ਸ਼ੁਕਰੀਆ ਨੋਟਾਂ ਦੀ ਵਰਖਾ ਉਧਰੋਂ ਗੋਰਾ ਸਾਡਾ ਜੋ ਜਨਰਲ ਸੈਕਟਰੀ ਆ ਸਾਡੀ ਕਮੇਟੀ ਦਾ ਜੋ ਦੱਸ ਰਿਹਾ ਵੀ ਨਾਲ ਨਾਲ ਮਾਇਆ ਦੇ ਗੱਫੇ ਦੇ ਰਹੇ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਲਿੱਕ ਵਾਲਾ ਗੋਲਟੀ ਮੁੰਡਾ ਬੜਾ ਹਾਸਮੁਖ ਸੁਭਾਅ ਦਾ ਹੈ ਗੋਲਟੀ ਇੱਕ ਗੱਲ ਤੁਸੀਂ ਨੋਟ ਕਰਨੀ ਸਾਰੇ ਦਰਸ਼ਕ ਤੇ ਖਿਡਾਰੀਆਂ ਨੇ ਵੀ ਜਦੋਂ ਵੀ ਪੁਆਇੰਟ ਲੈਂਦਾ ਹੈ ਤਾਂ ਵੀ ਹੱਸਦਾ ਜੇ ਜੱਫਾ ਲੱਗ ਗਿਆ ਤਾਂ ਵੀ ਹੱਸ ਕੇ ਗਿਰਿਆ ਇਹ ਮੁੰਡਾ ਬੜਾ ਹਾਸਮੁਖ ਸੁਭਾਅ ਦਾ ਹੈ ਕਲਿੱਕ ਵਾਲਾ ਗੋਲਟੀ ਚਿਹਰੇ ਤੇ ਮੁਸਕਾਨ ਵੀ ਹਾਸਮੁਖ ਜਿਹਾ ਇੱਕ ਮੁੰਡਾ ਸੀ ਜੋ ਪੜ੍ਹਦਾ ਮੇਰੇ ਨਾਲ ਕੁੜੀ ਆ ਪੱਤਰਕਾਰਾਂ ਵਾਂਗੂ ਮੈਨੂੰ ਪੁੱਛਦਾ ਰਹੇ ਸਵਾਲ ਪੱਤਰਕਾਰਾਂ ਵਾਂਗੂ ਮੈਨੂੰ ਪੁੱਛਦਾ ਫਿਰ ਇਹ ਸਵਾਲ ਕੁੜੇ ਹਾਸਮੁਖ ਜਿਹਾ ਇੱਕ ਮੁੰਡਾ ਸੀ ਰਾਣੀ ਵਾਲੀਆ ਨਰਵੈਰ ਸਿੰਘ ਕੋਨੀ ਖੇਡ ਗਰਾਊਂਡ ਵਿੱਚ ਦੂਸਰੇ ਪਾਸੇ ਟੱਚ ਜਨੇਰਾ ਵਾਲੇ ਨਾਲ ਪੁਆਇੰਟ ਧਾਵੀ ਦਾ ਕੋਟ ਕਰੋੜੀਆ ਗੀਤਾ ਦੇਵ ਦਿਆਲਪੁਰੇ ਦਾ ਬਰਗਾੜੀ ਦਾ ਕੁਲਵਿੰਦਰ ਨਾਲ ਕਹਿੰਦੇ ਵੀ ਮੇਰੇ ਵੀਰੋ ਜਿਹੜੇ ਰੈਫਰੀ ਗੁਰਜੀਤ ਸਿੰਘ ਜੀ ਖਾਲਸਾ ਸਾਰੇ ਅੰਪਾਇਰਾਂ ਦਾ ਧੰਨਵਾਦ ਲੋਕੋ ਦਾ ਅਮਨ ਦਲਬਾਗ ਬਰਾੜ ਸੁਖਰਾਜ ਨਾਲ ਬਿੱਟੂ ਤੇ ਨਾਲ ਰਵਿੰਦਰ ਤੇ ਮੇਰੇ ਵੀਰੋ ਬਿੱਲਾ ਤੇ ਇਧਰਲੇ ਪਾਸੇ ਪਈ ਹੋਈ ਕਬੱਡੀ ਦੀ ਗੱਲ ਕਰਨ ਜਾ ਰਿਹਾ ਨਿਰਮਲ ਲੰਘਣੀ ਆ ਆਪਾਂ ਧੰਨਵਾਦ ਕਰੀਏ ਨੋਟਾਂ ਦੀ ਵਰਖਾ ਹੋ ਰਹੀ ਹੈ ਉਦੋਂ ਦਵਿੰਦਰ ਸਿੰਘ ਜੀ ਧਾਨਾ ਤੇ ਨਾਲ ਕਾਲਾ ਬਰਾੜ ਜੀ ਔਰ ਅਮਰੀਕ ਸਿੰਘ ਜੀ ਅਖਾੜਾ ਉਹ ਵੀ ਅੱਜ ਨੋਟਾਂ ਦੀ ਵਰਖਾ ਕਰ ਰਹੇ ਹੈ ਲਾਈਵ ਨਜ਼ਾਰਾ ਤੱਕਦੇ ਹੈ ਆਪਾਂ ਸਵਾਗਤ ਕਰਦੇ ਇਹਨਾਂ ਵੀਰਾਂ ਦਾ ਲਓ ਸਾਹਮਣੇ ਲਵਪ੍ਰੀਤ ਲਵੇ ਦੀ ਕਬੱਡੀ ਪੈਂਦੀ ਸਾਹਮਣੇ ਵੇਖਾਂਗਾ ਦਵਿੰਦਰ ਸਿੰਘ ਧਾਨੇ ਦਾ ਭਤੀਜਾ ਹੈ ਲਓ ਅੰਕ ਆਪਣੀ ਟੀਮ ਦੇ ਹਿੱਸੇ ਬਾਜਾਂ ਵਾਲੇ ਸ਼ੈਂਟ ਸਾਹਿਬ ਦੀ ਬਖਸ਼ੀ ਹੋਈ ਸਿੱਖੀ ਸਾਰੀ ਟੀਮ ਕਿਸਾ ਧਾਰੀ ਹੈ ਕਮਲ ਕੋਚ ਨੂੰ ਮੁਬਾਰਕਬਾਦ ਹੈ ਕਹਿੰਦੇ ਵੀ ਇਸ ਗੱਲ ਦਾ ਵੀ ਇੱਕ ਐਲਾਨ ਕਰਦੇ ਹੈ ਵੀ ਸਾਡੀ ਟੀਮ ਨੂੰ ਕੋਈ ਟੀਕਾ ਟੱਲਾ ਜਾਂ ਗੋਲੀ ਗੱਪਾ ਖਾਂਦਾ ਵੇਖ ਲਏ ਤਾਂ ਉਹਨੂੰ ਨਗਦ ਦਾ ਨਾਮ ਦੇ ਕੇ ਵਿਸ਼ੇਸ਼ ਮਾਣ ਸਨਮਾਨ ਦੇਵਾਂਗੇ ਅਸੀਂ ਇਹ ਸਾਡਾ ਐਲਾਨ ਆ ਵੀ ਅਸੀਂ ਨਸ਼ਾ ਤੋਂ ਰਹਿਤ ਟੀਮ ਤਿਆਰ ਕੀਤੀ ਕਮਲ ਕੋਚ ਜੀ ਇਸ ਗੱਲ ਦਾ ਵਾਅਦਾ ਕਰਦੇ ਹੈ ਬਹੁਤ ਧੰਨਵਾਦ ਜੀ ਹੈਲੋ ਹਾਂਜੀ ਸਾਡੇ ਬਾਪਦੀ ਸਤਿਕਾਰਯੋਗ ਰਾਜੇ ਦਾ ਪਿੰਡ ਆ ਸਰਪਣ ਸਿੰਘ ਜੀ ਕਬੱਡੀ ਖਿਡਾਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਬਹੁਤ ਬਹੁਤ ਧੰਨਵਾਦ ਹਾਂਜੀ ਨਿਰਮਲ ਜੀ ਸਰਦਾਰ ਸਰਜੀਤ ਸਿੰਘ ਜੀ ਬਰਾੜ ਸਾਹਿਬ ਜਨਰਲ ਜਨਰਲ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਆ ਅਸੀਂ ਨਾਲ ਹੀ ਜਗਦੇਵ ਸਿੰਘ ਜੀ ਸਾਬਕਾ ਸਰਪੰਚ ਉਹ ਵੀ ਪੁੱਜੇ ਉਹਨਾਂ ਨੂੰ ਜੀਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪੁੱਜੇ ਹੋਏ ਉਧਰ ਸਾਡਾ ਵੀਰ ਭੋਲਾ ਬਰਾੜ ਕੋਟਲੇ ਵਾਲਾ ਬੱਚਾ ਦਾ ਆਨੰਦ ਮਾਰ ਰਿਹਾ ਸਾਡਾ ਵੀਰ ਭੋਲਾ ਬਰਾੜ ਜੀ ਕੋਟਲਾ ਮੇਹਰ ਸਿੰਘ ਵਾਲਾ ਵੀ ਨਿੱਟ ਦੇ ਜਰੀਏ ਨਾਲ ਬੱਚਾ ਦਾ ਆਨੰਦ ਮਾਰ ਰਿਹਾ ਵੱਡਾ ਧੰਨਵਾਦ ਹੈ
ਹੈਲੋ ਬਾਈ ਜੀ, ਉੱਧਰ ਸਾਨੂੰ ਵਾਰ ਵਾਰ ਫੋਨ ਆ ਰਹੇ, ਕਹਿੰਦੇ ਕੇਬਲ ਨਹੀਂ ਚੱਲ ਰਹੀ ਬਾਈ ਜੀ, ਕੇਬਲ ਤੇ ਕਹਿੰਦੇ ਮੈਚ ਨਹੀਂ ਚੱਲ ਰਹੇ, ਸੋ ਉਹਦਾ ਵੀ ਹੱਲ ਕਰੋ ਬਾਈ ਜੀ ਕੋਈ। ਠੀਕ ਹੈ ਜੀ, ਰੂਪਾ ਸਰਾਂ ਜੀ ਸਵਾਲ ਸਰ, ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦਾ ਕਹਿੰਦੇ ਵੀ ਵੱਡਾ ਪਿਆਰ ਵੀ ਕਬੱਡੀ ਦੇ ਨਾਲ ਆ। ਠੀਕ ਹੈ ਜੀ, ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕੁੱਤਿਆਂ ਦੇ ਮੈਚਾਂ ਦੇ ਵਿੱਚ 6 ਕੱਪ ਜਿੱਤਣ ਦਾ ਰਿਕਾਰਡ ਆ ਰੂਪਾ ਸਰਾਂ ਜੀ, ਬਹੁਤ ਬਹੁਤ ਧੰਨਵਾਦ ਆ। ਬੇਲੀ ਪਲਵਾਨ ਉਹਨਾਂ ਦਾ ਪਿੰਡ ਆ, ਪਰ ਇਧਰਲੇ ਪਾਸੇ ਅਸੀਂ ਧੰਨਵਾਦ ਕਰਾਂਗੇ, ਸਨਮਾਨ ਵੀ ਕੀਤਾ ਜਾ ਰਿਹਾ ਰੂਪਾ ਸਰਾਂ ਜੀ ਉਹਨਾਂ ਦਾ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ। ਹਾਂਜੀ ਨਿਰਮਲ ਜੀ, ਵੈਲਕਮ ਟੂ ਗਰਾਊਂਡ। ਲੋ ਹੁਣ ਜਿਹੜਾ ਤੁਸੀਂ ਮੁਕਾਬਲਾ ਦੇਖ ਰਹੇ, ਬਹੁਤ ਵਧੀਆ ਮੈਚ ਹੈ। ਇਸ ਵਕਤ ਸਾਹਮਣੇ ਜਿਹੜੀ ਟੀਮ ਹੈ, ਚੜ੍ਹਦੇ ਪਾਸੇ ਵਾਲੇ ਪਾਸੇ ਟੀਮ ਜਿਹੜੀ ਹੈ, ਇਹ ਭਗਤੇ ਪਾਈ ਦੀ ਟੀਮ ਹੈ, ਪੂਰੀ ਲਿਸਟ ਸਟਾਰ ਖਿਡਾਰੀਆਂ ਦੇ ਨਾਲ ਰਮਣਾ ਸਾਹਮਣੇ ਖੜਾ ਇੱਥੇ ਕੇਵਲ। ਲੋ ਭਗਤੇ ਵਾਲੇ ਗੱਭਰੂ ਨੇ ਆਪਣੇ ਹਿੱਸੇ ਦੀ ਪਹਿਲੀ ਕਬੱਡੀ ਪਾਈ ਤੇ ਦੂਸਰੇ ਪਾਸੇ ਜ਼ਿਲ੍ਹਾ ਬਠਿੰਡੇ ਦਾ ਮਸ਼ਹੂਰ ਪਿੰਡ ਗਿੱਦੜ ਹੈ। ਲੋ ਗਿੱਦੜਾਂ ਦੀ ਟੀਮ ਦੇ 4 ਜਾਫੀ ਸਾਹਮਣੇ ਚੀਨ ਦੀ ਕੰਧ ਬਣੇ ਹੋਏ ਹੈ। ਉਧਰ ਸਾਡੇ ਵੀਰ ਆਪਣੇ ਮੋਗੇ ਵਾਲੇ ਜਿਹੜੇ ਸਾਡੇ ਵੀਰ ਆ, ਲਾਵੇ ਦੀ ਲਈ 200 ਰੁਪਏ ਜਿਹੜੇ ਸਾਡੇ ਵੀਰ ਮੋਗੇ ਵਾਲੇ ਮੋਗੇ ਰਹਿੰਦੇ ਆ, 200 ਰੁਪਏ ਆ। ਇੱਧਰ ਰੂਪਾ ਸਰਾਂ ਜੀ ਬਹੁਤ ਸਾਰਾ ਮਾਣ ਸਮਾਨ ਬੋਲਾਂ ਤੋਂ ਖੁਸ਼ ਹੋ ਕੇ ਭੇਜ ਗਏ ਨੇ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਕੱਦੂ ਦੇ ਮੁੰਡੇ ਲਈ ਇੱਕ ਪੀਪਾ ਘਿਓ ਦਾ ਜਿਹੜਾ ਦਿੱਤਾ ਜਾਣਾ, ਬਹੁਤ ਬਹੁਤ ਧੰਨਵਾਦ ਜੀ। ਇਧਰਲੇ ਪਾਸੇ ਮੈਚ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ, ਦਰਸ਼ਕ ਪੂਜੀ ਹੋਈ ਆ, ਸੰਗਤ ਦਾ ਵੱਡਾ ਇਕੱਠ ਮੇਰੇ ਵੀਰੋ ਅੱਜ ਪੂਰੀ ਦੁਨੀਆ ਦੇ ਵਿੱਚ।